ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਦਾ ਗ੍ਰੇਟ ਅੰਮ੍ਰਿਤਸਰ ਦੇਖਣ ਵਾਲਿਆਂ ਨੂੰ। ਸੋ ਇਸ ਵੇਲੇ ਖੜ੍ਹੇ ਹਾਂ ਅਸੀਂ ਜੰਡਿਆਲੇ ਟੋਲ ਪਲਾਜ਼ਾ, ਜਿਹੜਾ ਅੰਮ੍ਰਿਤਸਰ ਦਾ ਟੋਲ ਪਲਾਜ਼ਾ। ਅੰਮ੍ਰਿਤਸਰ ਤੋਂ ਜੋ ਤੁਸੀਂ ਬਾਹਰ ਜਾਂਦੇ ਹੋ ਅਤੇ ਅੰਮ੍ਰਿਤਸਰ ਤੋਂ ਜਦੋਂ ਤੁਸੀਂ ਅੰਮ੍ਰਿਤਸਰ ਦੇ ਅੰਦਰ ਆਉਂਦੇ ਹੋ ਅਤੇ ਇਹ ਟੋਲ ਪਲਾਜ਼ਾ ਤੁਹਾਨੂੰ ਪੈਂਦਾ। ਔਰ ਅੱਜ ਦਾ ਤੁਹਾਨੂੰ ਇੱਥੇ ਨਜ਼ਾਰਾ ਵਿਖਾ ਦਿੰਦੇ ਹਾਂ ਕਿ ਕਿਸਾਨਾਂ ਨੇ ਇਹ ਟੋਲ ਪਲਾਜ਼ਾ ਜਿਹੜਾ ਘੇਰ ਲਿਆ। ਤੁਸੀਂ ਇਸ ਵੇਲੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਜੰਡਿਆਲਾ ਟੋਲ ਪਲਾਜ਼ਾ, ਉਹਦੇ ਜਿਹੜੇ ਆ ਸਾਹਮਣੇ ਉਹਦੇ ਸੀਨ ਜਿਹੜੇ ਦਿਖਾ ਰਹੇ ਹਾਂ। ਔਰ ਤੁਸੀਂ ਦੇਖੋ ਕਿ ਇਹ ਸਾਰਾ ਟੋਲ ਪਲਾਜ਼ਾ ਜਿਹੜਾ ਕਿਸਾਨਾਂ ਨੇ ਘੇਰ ਲਿਆ। ਔਰ ਇੱਥੇ ਟੋਲ ਪਲਾਜ਼ੇ ਦਾ ਨਜ਼ਾਰਾ ਵਿਖਾਉਂਦੇ ਹਾਂ, ਦੇਖੋ ਇਸ ਪਹਿਲਾਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਇਹ ਚੱਲ ਕੀ ਰਿਹਾ। ਇਸ ਤਰ੍ਹਾਂ ਸਾਰੀਆਂ ਲੇਨਸ ਜਿਹੜੀਆਂ ਨੇ ਉਹ ਬੰਦ ਕਰ ਦਿੱਤੀਆਂ ਗਈਆਂ। ਜੰਡਿਆਲੇ ਦਾ ਟੋਲ ਪਲਾਜ਼ਾ ਅੰਮ੍ਰਿਤਸਰ ਤੋਂ ਬਾਹਰ ਨਿਕਲੀਏ ਤਾਂ ਪਹਿਲਾ ਟੋਲ ਪਲਾਜ਼ਾ ਜੀ ਟੀ ਰੋਡ ਦੇ ਉੱਪਰ ਹੀ ਆਉਂਦਾ। ਇਹ ਜਿਹੜਾ ਰਸਤਾ ਸਾਡੇ ਸਾਹਮਣੇ ਆ ਇਹ ਤੁਹਾਨੂੰ ਦਿਖਾ ਦਈਏ, ਇਸ ਲਈ ਇੱਥੇ ਨਜ਼ਾਰਾ ਕੀ ਹੈ, ਇੱਕ ਲੇਨ ਸਿਰਫ ਚੱਲਦੀ ਪਈ ਆ ਜਿਹਦੇ ਵਿੱਚ ਗੱਡੀਆਂ ਫ੍ਰੀ ਲੰਘ ਰਹੀਆਂ। ਕਦੇ ਤੁਸੀਂ ਦੇਖਿਆ ਕਿ ਟੋਲ ਪਲਾਜ਼ਿਆਂ ਤੋਂ ਗੱਡੀਆਂ ਫ੍ਰੀ ਨਿਕਲਣ? ਪਰ ਅੱਜ ਇਹ ਮੁਮਕਿਨ ਹੋਇਆ ਅਤੇ ਇਹ ਤੁਹਾਨੂੰ ਦਿਖਾ ਦਿੰਦੇ ਹਾਂ ਇੱਥੇ ਇਸ ਲਈ ਜੋ ਨਜ਼ਾਰਾ ਹੈ ਜੰਡਿਆਲਾ ਟੋਲ ਪਲਾਜ਼ਾ ਦਾ। ਸੋ ਇਸ ਲਈ ਜੰਡਿਆਲਾ ਟੋਲ ਪਲਾਜ਼ਾ ਜਿੱਥੇ ਆਪਾਂ ਖੜ੍ਹੇ ਹਾਂ, ਇਹ ਜ਼ਿੰਦਗੀ 'ਚ ਸ਼ਾਇਦ ਪਹਿਲੀ ਵਾਰੀ ਮੌਕਾ ਬਣਿਆ ਕਿ ਗੱਡੀਆਂ ਤੁਸੀਂ ਦੇਖੋ ਕਿ ਫ੍ਰੀ ਨਿਕਲ ਰਹੀਆਂ ਇੱਥੋਂ ਬਿਨਾਂ ਕਿਸੇ ਪਰਚੀ ਕਟਾਈ ਹੋਏ। ਭਾਵੇਂ ਲਾਈਨ ਇੱਕ ਚੱਲ ਰਹੀ ਹੈ ਪਰ ਬਿਨਾਂ ਕੋਈ ਪਰਚੀ ਕਟਾਏ ਹੋਏ ਗੱਡੀਆਂ ਫ੍ਰੀ ਨਿਕਲ ਰਹੀਆਂ। ਆਹ ਦੇਖੋ ਤੁਸੀਂ ਗੱਡੀਆਂ ਸਭ ਫ੍ਰੀ ਚੱਲ ਰਹੀਆਂ ਦੇਖੋ, ਔਰ ਗੱਡੀਆਂ ਤੋਂ ਫ੍ਰੀ ਕਢਾਈਆਂ ਜਾ ਰਹੀਆਂ ਔਰ ਸਭ ਪਾਸੇ ਜਿਹੜਾ ਜਾਮ ਲਗਾ ਦਿੱਤਾ ਗਿਆ। ਤੁਸੀਂ ਦੇਖ ਲਓ ਨਜ਼ਾਰਾ ਸਾਰੇ ਪਾਸੇ ਦਾ। ਸੋ ਕਿਸਾਨ ਜਿਹੜੇ ਨੇ ਸਿੱਧੇ ਹੋ ਗਏ ਨੇ ਹੁਣ ਪੰਜਾਬ ਦੇ ਵਿੱਚ। ਜੰਡਿਆਲੇ ਦਾ ਬਹੁਤ ਵੱਡਾ ਟੋਲ ਪਲਾਜ਼ਾ, 1, 2, 3, 4, 5, 6, 7 ਇੱਥੇ ਲਾਈਨਾਂ ਨੇ। 1 ਮਿੰਟ ਦੇ ਵਿੱਚ ਇੱਥੇ ਜਿਹੜੀ ਗੱਡੀ ਜਿਹੜੀ ਕ੍ਰੋਸ ਹੁੰਦੀ ਹੈ, ਘੱਟੋ ਘੱਟ 10 ਗੱਡੀਆਂ ਕ੍ਰੋਸ ਹੁੰਦੀਆਂ। ਤੁਸੀਂ ਦੇਖੋ ਨਜ਼ਾਰਾ, ਬੱਸਾਂ ਜਿਹੜੀਆਂ ਸਿੱਧੀਆਂ ਜਾ ਰਹੀਆਂ ਲੰਘਾਈਆਂ ਜਾ ਰਹੀਆਂ। ਤੁਸੀਂ ਕਾਊਂਟ ਕਰਕੇ ਦੇਖੋ 1 ਮਿੰਟ ਦੇ ਵਿੱਚ ਇੱਥੇ ਕਿੰਨੀ ਗੱਡੀ ਕ੍ਰੋਸ ਹੁੰਦੀ ਹੈ। ਔਰ ਇੱਕ ਕਾਰ ਦਾ ਜਿਹੜਾ ਇੱਥੇ 35 ਰੁਪਈਏ ਤੋਂ ਲੈ ਕੇ ਅਤੇ 55 ਰੁਪਈਏ ਇੱਕ ਕਾਰ ਦਾ ਜਿਹੜਾ ਕੱਟਿਆ ਜਾਂਦਾ ਸੀ, ਟਰੱਕਾਂ ਵਾਲਿਆਂ ਦਾ ਜਿਹੜਾ 100 ਰੁਪਏ ਦੇ ਉੱਪਰ ਕੱਟਿਆ ਜਾਂਦਾ ਸੀ। ਸੋ ਅੱਜ ਇਹ ਨਜ਼ਾਰਾ ਉਹ ਤੁਸੀਂ ਆਪਣੀ ਜ਼ਿੰਦਗੀ 'ਚ ਕਦੇ ਨਹੀਂ ਦੇਖਿਆ ਨਾ ਕਿ ਟੋਲ ਪਲਾਜ਼ਿਆਂ ਤੋਂ ਗੱਡੀਆਂ ਫ੍ਰੀ ਨਿਕਲਣ, ਪਰ ਅੱਜ ਮੁਮਕਿਨ ਕਰ ਵਿਖਾਇਆ ਇਹਨਾਂ ਨੇ ਕਿਸਾਨਾਂ ਨੇ। ਸੋ ਆਓ ਇਹਨਾਂ ਨੌਜਵਾਨਾਂ ਨਾਲ ਵੀ ਗੱਲ ਕਰਦੇ ਹਾਂ। ਮੋਦੀ ਸਰਕਾਰ ਵੱਲੋਂ ਆਪਣੇ ਕਿਸਾਨਾਂ 'ਤੇ ਬਹੁਤ ਜ਼ਿਆਦਾ ਧੱਕਾ ਹੋ ਰਿਹਾ, ਜੋ ਇਹਨਾਂ ਨੇ ਲਾਗੂ ਕੀਤਾ ਆਪਣੇ 'ਤੇ ਜਿਹੜਾ ਕਾਨੂੰਨ, ਉਹ ਮਜ਼ਦੂਰਾਂ ਵਾਸਤੇ ਕਿਸਾਨਾਂ ਵਾਸਤੇ ਬਹੁਤ ਜ਼ਿਆਦਾ ਗਲਤ ਆ। ਇਹਦੇ ਅਸੀਂ ਖਿਲਾਫ਼ ਆ ਅਸੀਂ, ਇਹ ਸਾਡੀ ਸਿੱਖ ਜੋ ਮਜ਼ਦੂਰ ਆ ਇਹਨਾਂ ਵਾਸਤੇ ਧੱਕਾ ਹੋ ਰਿਹਾ ਵਾ। ਇਹਨਾਂ ਦੀ ਜਿਹੜਾ ਕਿਤੇ ਨਾ ਕਮਾਈ ਦਾ ਸਾਧਨ ਆ ਉਹ ਬਿਲਕੁਲ ਜ਼ੀਰੋ ਹੋਣਾ, ਠੱਪ ਹੋਣਾ, ਆਪਣੇ ਜੇਬ 'ਚ 1 ਰੁਪਈਆ ਨਹੀਂ ਰਹਿਣਾ ਅਤੇ ਨਾ ਅਸੀਂ ਕਿਤੇ ਆ ਸਕਦੇ ਨਾ ਜਾ ਸਕਦੇ ਹਾਂ। ਸਾਡੇ ਕੋਲ ਆਪਣੇ ਪਰਿਵਾਰ ਨੂੰ ਖਵਾਉਣ ਵਾਸਤੇ ਕੁਝ ਨਹੀਂ ਬਚਣਾ। ਅਸੀਂ ਉਹ ਮੰਗ ਕਰਦੇ ਵੀ ਜਿਹੜਾ ਆਰਡੀਨੈਂਸ ਬਿੱਲ ਪਾਸ ਕੀਤਾ ਉਹਨਾਂ ਨੇ, ਇਹ ਇਹਨੂੰ ਰੱਦ ਕੀਤਾ ਜਾਵੇ। ਠੀਕ ਹੈ ਜੀ, ਇੱਦਾਂ ਹੀ ਨਹੀਂ ਤਾਂ ਫਿਰ ਧੱਕਾ, ਜੇ ਤਾਂ ਸਰਕਾਰ ਕਰ ਰਹੀ ਹੈ, ਜੇ ਅਸੀਂ ਧੱਕਾ ਕੀਤਾ ਤਾਂ ਬਹੁਤ ਮਹਿੰਗਾ ਪਵੇਗਾ ਸਰਕਾਰ ਨੂੰ। ਹੁਣ ਅਸੀਂ ਸ਼ੁਰੂ ਕਰ ਦਿੱਤਾ ਧੱਕਾ ਕਰਨਾ,
ਇੱਦਾਂ ਹੀ ਚੱਲੂ ਇਹ ਧਰਨੇ, ਇੱਦਾਂ ਹੀ ਲਗਾਤਾਰ 24 ਘੰਟੇ ਰਾਤ ਦਿਨ ਚੱਲਦੇ ਰਹਿਣਗੇ ਇੱਦਾਂ ਹੀ। ਇਹ ਜਿਹੜਾ ਤੁਹਾਡਾ ਧਰਨਾ ਹੈ ਇਹ ਰਾਤ ਦਿਨ ਚੱਲੇਗਾ ਇੱਥੇ ਟੋਲ ਪਲਾਜ਼ੇ ਤੇ? ਹਾਂਜੀ, ਇੱਥੇ 24 ਘੰਟੇ ਚੱਲੇਗਾ, 24 ਵਜੇ ਸਰਕਾਰੀ ਕੰਮ ਬਿਲਕੁਲ ਠੱਪ ਰਹਿਣਗੇ, ਕੋਈ ਸਰਕਾਰੀ ਕੰਮ ਨਹੀਂ ਚੱਲਣ ਦੇਵਾਂਗੇ ਇਹਨਾਂ ਦਾ। ਅੱਛਾ, ਤੇ ਪਰ ਤੁਸੀਂ ਇਹ ਟੋਲ ਪਲਾਜ਼ਾ ਹੀ ਕਿਉਂ ਚੁਣਿਆ? ਇਹਨਾਂ ਦਾ ਇਹਨਾਂ ਦਾ ਆਮਦਨ ਦਾ ਸਾਧਨ ਇਹਨਾਂ ਦਾ ਬਹੁਤ ਤਕੜਾ ਹੈ, ਇਹਨਾਂ ਦਾ ਜੋ ਇਹਨਾਂ ਦੀ ਇਹਨਾਂ ਨੂੰ ਪਤਾ ਲੱਗੇਗਾ ਉੱਥੋਂ ਤੱਕ ਸੈਂਟਰਲ ਸਰਕਾਰ ਤੱਕ ਆਵਾਜ਼ ਜਾਏਗੀ ਵੀ ਸਾਡਾ ਜੋ ਕਮਾਈ ਦਾ ਸਾਧਨ ਹੈ ਉਹ ਬੰਦ ਹੋ ਚੁੱਕਾ ਵਾ। ਅੰਬਾਨੀਆਂ ਅਡਾਨੀਆਂ ਜਿਹੜੀ ਇਨਕਮ ਜਨਰੇਟ ਹੁੰਦੀ ਹੈ ਨਾ ਟੋਲ ਪਲਾਜ਼ਿਆਂ ਤੋਂ, ਪੈਟਰੋਲ ਪੰਪ ਤੋਂ ਹੁੰਦੀ ਆ, ਸਾਡੇ ਅਸੀਂ ਜਿਹੜੀਆਂ ਇਹਨਾਂ ਦੀਆਂ ਜੜ੍ਹਾਂ ਹਿਲਾਉਣੀਆਂ, ਕਰਾਂ ਉਹਨਾਂ ਨੂੰ ਪਤਾ ਲੱਗ ਜਾਵੇ ਪੰਗਾ ਪਾਇਆ ਕਿਹਨਾਂ ਨਾਲ। ਸਭ ਬੰਦ ਟ੍ਰੇਨਾਂ ਵੀ ਬੰਦ ਕੀਤੀਆਂ ਅਸੀਂ। ਤੁਸੀਂ ਬਾਪੂ ਜੀ ਕਦੀ ਇਹੋ ਜਿਹਾ ਪਹਿਲੇ ਮੁਜ਼ਾਹਰੇ ਵੇਖੇ ਕਦੀ? ਜੀ ਅਸੀਂ ਕਹਿੰਦੇ ਵੀ ਆਰਡੀਨੈਂਸ ਮਿਸ ਕੀਤਾ ਜਾਵੇ, ਜਿਹੜੀ ਗੱਲ ਆ ਕਿਸਾਨ ਸੌਖੇ ਹੋ ਜਾਣਾ, ਜੇ ਇਹਨਾਂ ਨਾ ਕੀਤਾ ਤਾਂ ਸਾਡੀ ਗੁਰੂ ਕੀ ਲਾਡ ਲਈ ਫੌਜ ਦੀ ਘੋੜਿਆਂ ਵਾਲੀ ਆ ਤਲਵਾਰਾਂ ਸਮੇਤ ਨੰਗੀਆਂ। ਅਗਲਾ ਮਤਲਬ ਤੁਸੀਂ ਕਿੰਨੀ ਦੇਰ ਦਾ ਇੱਥੇ ਅਲਟੀਮੇਟਿਵ ਦਿੱਤਾ ਇਹਨਾਂ ਨੂੰ? ਇਹਨਾਂ ਖੱਡਾ ਖੁੱਲਾ ਜਿੱਦਾਂ ਚਿਰ ਸਾਡਾ ਆਰਡੀ ਵਾਪਸ ਨਹੀਂ ਹੋ ਜਾਂਦੇ ਅਸੀਂ ਖੁੱਲਾ ਹੀ ਜਾਰੀ ਕਰਾਂਗੇ। ਠੀਕ ਹੈ ਜੀ, ਛੱਡਣਾ ਨਹੀਂ ਇਹਨਾਂ ਦਾ ਖੜਾ। ਸੋ ਇਹ ਤੁਸੀਂ ਨਜ਼ਾਰਾ ਇਸ ਵੇਲੇ ਦੇਖ ਰਹੇ ਹੋ ਜੰਡਿਆਲਾ ਟੋਲ ਪਲਾਜ਼ਾ ਦਾ। ਕੋਈ ਸਾਡਾ ਕਾਰਸੇ ਵਾਲਾ ਨਹੀਂ, ਸਾਡੇ ਬੋਰੀਆਂ ਲੈਂਦੇ ਆ, ਕੋਈ ਸਾਡਾ ਚਾਹ ਪਾਣੀ ਨਹੀਂ, ਕੁਛ ਨਹੀਂ, ਭੁੱਖੇ ਤੇ ਅਸੀਂ ਰੋਡ ਤੇ ਬੈਠੇ ਹਾਂ। ਕੋਈ ਨਹੀਂ ਪਹੁੰਚਿਆ, ਜੇ ਡਰਾਈਵਰ ਭਰਾ ਆ ਇਹਨਾਂ ਦੀ ਇੰਨੀ ਪੱਤੀ ਪਹੁੰਚਾਈ ਆ ਕਿ ਇਹਨੇ ਸਾਨੂੰ ਪਾਣੀ ਦਾ ਘੁੱਟ ਨਹੀਂ ਪਿਆ। ਆ ਵੇਖ ਲਓ ਤੁਸੀਂ ਇੱਥੇ ਇੱਥੇ ਜੋ ਹੈ ਤੁਸੀਂ ਇਹ ਜੰਡਿਆਲੇ ਟੋਲ ਪਲਾਜ਼ੇ ਦਾ ਨਜ਼ਾਰਾ ਦੇਖ ਰਹੇ ਹੋ, ਅੰਮ੍ਰਿਤਸਰ ਦਾ ਬਹੁਤ ਵੱਡਾ ਟੋਲ ਪਲਾਜ਼ਾ। ਇੱਕ ਮਿੰਟ ਦੇ ਵਿੱਚ ਇੱਥੋਂ ਬਹੁਤ ਜ਼ਿਆਦਾ ਗੱਡੀ ਜਿਹੜੀ ਹੈ ਨਿਕਲਦੀ ਹੈ, ਤੁਸੀਂ ਦੇਖ ਰਹੇ ਹੋ ਗੱਡੀਆਂ ਦਾ ਹਾਲ। ਅਤੇ ਪੰਜਾਬ ਕਿਸਾਨ ਯੂਨੀਅਨ ਦਾ ਇਸ ਵੇਲੇ ਜੋ ਝੰਡਾ ਤੁਸੀਂ ਦੇਖੋ, ਦੋਵਾਂ ਟਰੈਕ ਜਿਹੜੇ ਦੋ ਟਰੈਕ ਖੋਲ੍ਹ ਦਿੱਤੇ ਗਏ ਨੇ ਔਰ ਗੱਡੀਆਂ ਦੇਖੋ ਤੜਾ ਤੜ ਨਿਕਲਦੀਆਂ ਇੱਥੇ ਇੱਕ ਮਿੰਟ 'ਚੋਂ। ਸੋ ਤੁਸੀਂ ਅੰਦਾਜ਼ਾ ਮੱਸੇ ਰੰਗ ਦਾ ਫਿਰ ਲਾਇਆ ਸੀ ਸੁੱਖਾ ਸੁੱਖ ਨੇ, ਇਸ ਤਰ੍ਹਾਂ ਹਾਲਤ ਹੋਈ ਜੀ। ਸੋ ਅੱਜ ਜਿਹੜੇ ਤੁਸੀਂ ਦੇਖੋ ਕਿ ਬੱਸਾਂ ਟਰੱਕਾਂ ਦਾ ਤੁਸੀਂ ਮਤਲਬ ਹਿਸਾਬ ਲਗਾ ਲਓ ਕਿ ਦੋ ਟਰੈਕਾਂ ਦੇ ਵਿੱਚੋਂ ਗੱਡੀਆਂ ਜਿਹੜੀਆਂ ਉਹ ਕਿੰਨੀ ਤੇਜ਼ ਗੱਡੀਆਂ ਜਿਹੜੀਆਂ ਨਿਕਲ ਰਹੀਆਂ। ਇੱਕ ਮਿੰਟ ਦੇ ਵਿੱਚ ਕਮ ਸੇ ਕਮ 20-25 ਗੱਡੀਆਂ ਦਾ ਇੱਥੋਂ ਸਿਲਸਿਲਾ ਜਾਰੀ ਹੋਏਗਾ। ਸੋ ਅੰਮ੍ਰਿਤਸਰ ਟੋਲ ਪਲਾਜ਼ਾ ਜਿਹੜਾ ਜੰਡਿਆਲਾ ਟੋਲ ਪਲਾਜ਼ਾ ਉਹਦੇ 'ਤੇ ਅਸੀਂ ਇੱਕ ਪੋਸਟ ਪਾਈ ਸੀ ਘੰਟਾ ਪਹਿਲਾਂ, ਅਤੇ ਕੁਝ ਬੰਦਿਆਂ ਨੂੰ ਲੱਗਾ ਸੀ ਸ਼ਾਇਦ ਕਿ ਇਹ ਫੇਕ ਪੋਸਟ ਹੈ ਕਿ ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ ਕੋਈ ਘਰੋਂ ਬਾਹਰ ਨਹੀਂ ਨਿਕਲਦੇ, ਬੜਾ ਤਾਂ ਨਜ਼ਾਰਾ ਇਸ ਵੇਲੇ ਦਿਖਾ ਰਹੇ ਹਾਂ। ਸੋ ਇਹ ਜੰਡਿਆਲਾ ਟੋਲ ਪਲਾਜ਼ਾ ਜਿਹੜਾ ਬਿਲਕੁਲ ਪੂਰੀ ਤਰ੍ਹਾਂ ਬੰਦ ਹੈ, ਲੋਕ ਬੜੇ ਖੁਸ਼ ਨੇ ਇੱਥੋਂ ਜਿਹੜੇ ਨਿਕਲ ਕੇ ਜਾ ਰਹੇ ਨੇ। ਦੇਖੋ ਕਿ ਕਿਸ ਤਰ੍ਹਾਂ ਗੱਡੀਆਂ ਲੰਘਾਈਆਂ ਜਾ ਰਹੀਆਂ। ਆਪ ਜਿਹੜਾ ਇਹ ਇਸ ਵੇਲੇ ਟੋਲ ਪਲਾਜ਼ਾ ਉਹਨੂੰ ਮੈਨੇਜ ਕਰ ਰਹੇ ਨੇ ਕਿਸਾਨ। ਸੋ ਕਾਫੀ ਵੱਡਾ ਟੋਲ ਪਲਾਜ਼ਾ ਜੀ ਅੰਮ੍ਰਿਤਸਰ ਦਾ ਮੇਨ ਟੋਲ ਪਲਾਜ਼ਾ, ਔਰ ਇਹ ਦੇਖੋ ਤੁਸੀਂ ਇਸ ਵੇਲੇ ਇਹ ਆਪਾਂ ਜਿਹੜਾ ਖੜ੍ਹੇ ਹਾਂ ਜੰਡਿਆਲੇ ਦਾ ਅੰਮ੍ਰਿਤਸਰ ਜਲੰਧਰ ਜਿਹੜਾ ਅੰਮ੍ਰਿਤਸਰ ਜਲੰਧਰ ਜਿਹੜੀ ਰੋਡ ਹੈ ਉੱਥੇ ਆਪਾਂ ਖੜ੍ਹੇ ਹਾਂ।
ਤੇ ਕਾਫੀ ਗੁੱਸਾ ਦੇਖਣ ਨੂੰ ਮਿਲ ਰਿਹਾ ਕਿਸਾਨਾਂ ਦੇ ਵਿੱਚ। ਸਾਰੇ ਟਰੈਕ ਬੰਦ ਨੇ, ਕਾਫੀ ਗੁੱਸਾ ਜਿਹੜਾ ਕਿਸਾਨਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ। ਕਿਸਾਨਾਂ ਦਾ ਕਹਿਣਾ ਕਿ ਜੇ ਸਾਡੀ ਹੁਣ ਵੀ ਜਿਹੜੀ ਸੁਣੀ ਨਾ ਗਈ ਤੇ ਇਸ ਤੋਂ ਬਾਅਦ ਫਿਰ ਅਸੀਂ ਹੋਰ ਅੱਗੇ ਕੋਈ ਵੀ ਸਰਕਾਰੀ ਕੰਮ ਹੈ ਜਿਹੜਾ ਉਹ ਆਪਾਂ ਨਹੀਂ ਹੋਣ ਦੇਣਾ। ਤੇ ਤੁਸੀਂ ਹਿਸਾਬ ਲਗਾ ਲਓ ਕਿ ਦੇਖੋ ਟਰੱਕ ਜਿਹੜੇ ਨੇ ਕਿਸ ਤਰ੍ਹਾਂ ਇੱਥੋਂ ਨਿਕਲ ਕੇ ਜਾ ਰਹੇ ਨੇ, ਇੱਕ ਮਿੰਟ ਦੇ ਵਿੱਚ ਕਿੰਨੇ ਟਰੱਕ ਨਿਕਲਦੇ ਨੇ, ਤੇ ਇੱਕ ਟਰੱਕ ਦਾ 100 ਰੁਪਏ ਤੋਂ ਉੱਪਰ ਹੈ, ਇੱਕ ਟਰੱਕ ਦਾ 100 ਰੁਪਏ ਤੋਂ ਉੱਪਰ ਹੈ। ਤੇ ਕਿਸ ਤਰ੍ਹਾਂ ਗੱਡੀਆਂ ਨਿਕਲ ਕੇ ਜਾ ਰਹੀਆਂ ਨੇ ਬੜੀ ਤੇਜ਼ੀ ਨਾਲ, ਸੋ ਦੇਖੋ ਕਿ ਕਿੰਨਾ ਜਿਹੜਾ ਪ੍ਰਭਾਵ ਹੈ ਇੱਕ ਟੋਲ ਪਲਾਜ਼ੇ ਤੋਂ ਕਿੰਨਾ ਜਿਹੜਾ ਪ੍ਰਭਾਵ ਪੈਂਦਾ। ਔਰ ਜ਼ਿੰਦਾਬਾਦ ਦੇ ਨਾਰੇ ਲਾਉਂਦੇ ਟਰੱਕਾਂ ਵਾਲੇ ਵੀ ਨਿਕਲ ਰਹੇ ਨੇ। ਸੋ ਕਿਸਾਨਾਂ ਦਾ ਜਿਹੜਾ ਅਪੀਲ ਹੈ ਲੋਕਾਂ ਨੂੰ, ਆਮ ਬੜੇ ਕਿਸਾਨਾਂ ਨਾਲ ਇੱਥੇ ਗੱਲ ਹੋਈ ਹੈ ਕਿ ਲੋਕ ਸਾਥ ਦੇਣ ਉਹਨਾਂ ਦਾ ਆ ਕੇ, ਹਾਂਜੀ ਬਾਬਾ ਜੀ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਇੱਥੇ ਧਰਨਾ ਲਾਇਆ, ਕੀ ਕਹਿਣਾ ਚਾਹੋਗੇ? ਸਾਨੂੰ ਦਸੰਡਿਆ ਜੋ ਵੀ ਗਏ ਸਾਡੇ ਉਲਟ ਜੋ ਸਰਕਾਰ ਕਰਨੀ ਕਿਹੜੀ, ਅਸੀਂ ਤੋਂ ਵੱਧ ਹੋ ਨਹੀਂ ਕੋਈ ਕਹਿ ਸਕਦੇ ਉਹਨਾਂ ਨੂੰ। ਤੁਸੀਂ ਵੈਸੇ ਸਾਰੀ ਉਮਰ ਕਦੀ ਇੱਦਾਂ ਦੇ ਧਰਨੇ ਦੇਖੇ ਆ ਵੀ ਟੋਲ ਪਾ ਦੇਣ ਜਾਂ ਕੋਈ ਗੱਲ ਦਾ ਕੋਈ ਝਾਕਾ ਨਹੀਂ ਹੈਗਾ ਬਈ ਸਾਨੂੰ ਇਹ ਵੀ ਇਹਦੇ ਕਰਾਊਗਾ ਕਿ ਨਹੀਂ, ਹੈਂ ਕਿ ਸਾਡੇ ਬਰਖਿਲਾਫ ਹੋ ਕੇ ਹੁਣ ਸਾਨੂੰ ਤੁਰਨਾ ਪਿਆ ਇਸ ਬਾਤ 'ਤੇ, ਹਾਂ ਨਹੀਂ ਤਾਂ ਅਸੀਂ ਤਾਂ ਆਪਾਂ ਆਪਣੇ ਘਰਾਂ 'ਚ ਬੈਠੇ ਹਾਂ, ਸਾਨੂੰ ਜ਼ਮੀਨਾਂ ਆਪਣੀਆਂ ਵਾਹੁਣ ਦੇਣ, ਬੀਜਣ ਦੇਣ, ਕਰਨ ਦੇਣ, ਸਾਨੂੰ ਭਾਅ ਦੇ ਜਾਣ ਜਿਣਸਾਂ ਦੇ, ਹਾਂ ਸਾਨੂੰ ਹੋਰ ਕਿਸੇ ਚਲੋ ਲੋੜ ਨਹੀਂ ਕਿ ਨਹੀਂ, ਹਾਂ ਰੋਟੀ ਜਿੱਦਾਂ ਖਾਣ ਡਿਆ ਕਮਾਈ ਕਰਕੇ ਖਾਣ ਡਿਆ, ਜ਼ਮੀਨ ਨੂੰ ਵਾਹ ਕੇ ਖਾਣ ਡਿਆ, ਸੱਪਾਂ ਦੀਆਂ ਛੁਰੀਆਂ ਮਿਧ ਕੇ ਖਾ ਰਿਹਾ। ਤੁਹਾਡੀ ਕਿੰਨੇ ਕਿੱਲੇ ਜ਼ਮੀਨ ਆ? 6 ਕਿੱਲੇ। 6 ਕਿੱਲੇ ਜ਼ਮੀਨ, ਹਾਂ 6-6 ਕਿੱਲੇ ਆਉਂਦੀ, ਤਿੰਨਾਂ ਭਰਾਵਾਂ ਨੂੰ ਹੁੰਦਾ, 2-2 ਕਿੱਲੇ ਇੱਕ ਦੇਸੀ ਆ। ਸੋ ਜੇ ਛੋਟੇ ਕਿਸਾਨ ਤਾਂ ਮਰ ਜਾਣਗੇ, ਕਿਸਾਨ ਮਰੇ ਹੀ ਹੈਗੇ, ਮਰੇ ਤਾਂ ਪਰੇ ਕੀ ਹੋਰ ਕੀ ਆ, ਜੇ ਪਰ ਨਹੀਂ ਹੋਰ ਕੁਛ ਹੈਗਾ ਹੁਣ, ਜੇ ਭੁੱਖੇ ਮਰ ਗਏ ਤਾਂ ਇਹ ਸਮੇਂ ਲੱਗ ਗਏ ਇੱਥੇ ਆਣ ਕੇ ਮਰ ਗਏ, ਅਸੀਂ ਅੱਜ ਵੀ ਮਰਨਾ ਕੱਲ੍ਹ ਵੀ ਮਰਨਾ ਹੀ ਆ। ਸੋ ਇਹ ਜਿਹੜੀ ਆਖਰੀ ਮਤਲਬ ਆਰ ਪਾਰ ਦੀ ਲੜਾਈ ਜਿਹੜੀ ਲੜੀ ਜਾ ਰਹੀ ਹੈ, ਆਰ ਪਾਰ ਲੜਾਈ ਹੈਗੇ, ਇਹ ਤਾਂ ਹੁਣ ਗਾੜੀ ਇਹਨਾਂ ਸੰਘਰਸ਼ ਵਾਲਿਆਂ ਨੂੰ ਪਤਾ ਹੋਊਗਾ ਪ੍ਰਧਾਨਾਂ ਨੂੰ ਤਾਂ ਕਿੱਦਾਂ ਅਸੀਂ ਲੜਾਈ ਲੜਨੀ, ਕਿੱਦਾਂ ਨਹੀਂ ਜਾਣੀ। ਇਹ ਤੋਂ ਅੱਗੇ ਤੁਹਾਡਾ ਕੋਈ ਹੋਰ ਪਲਾਨ ਹੈਗਾ? ਪਲਾਨ ਇਹਨਾਂ ਦੇ ਨਾਲ ਹੀ ਸਾਡੇ ਸੰਘਰਸ਼ ਵਾਲਿਆਂ ਦਾ, ਕਮੇਟੀਆਂ ਦੇ ਨਾਲ ਹੀ ਆ, ਪ੍ਰਧਾਨਾਂ ਨੂੰ ਪਤਾ ਹੋਊਗਾ ਇਹ ਗੱਲ ਦਾ ਹੁਣ ਕਿੱਧਰ ਨੂੰ ਇਹ ਤੁਰਨਾ, ਕਿੱਧਰ ਨੂੰ ਇਹਨਾਂ ਲੈ ਕੇ ਜਾਣਾ ਸੀ। ਇਹ ਧਰਨਾ ਜਿਹੜਾ ਦਿਨ ਰਾਤ ਦਾ ਲੱਗਾ ਰਹੇਗਾ, ਇਹ ਹੁਣ ਇਹਨਾਂ ਨੂੰ ਪਤਾ ਹੋਊਗਾ ਵੀ ਕਿੰਨੇ ਟਾਈਮ ਤੱਕ ਇਹਨਾਂ ਰੱਖਣਾ, ਕਿੰਨੇ ਟਾਈਮ ਲਿਖਣਾ। ਸੋ ਇਹ ਤੁਸੀਂ ਦੇਖ ਰਹੇ ਹੋ ਜੀ ਇਸ ਵੇਲੇ ਜੰਡਿਆਲਾ ਟੋਲ ਪਲਾਜ਼ਾ ਜਿਹੜਾ ਹੈ, ਤੁਹਾਨੂੰ ਦਿਖਾ ਦਈਏ ਕਿ NHIA ਦਾ ਨਿੱਜਰਪੁਰਾ, ਆਹ ਤੁਸੀਂ ਦੇਖ ਰਹੇ ਹੋ ਲੋਕੇਸ਼ਨ, ਤੁਸੀਂ ਦੇਖ ਲਓ। ਸੋ ਨਿੱਜਰਪੁਰੇ ਦਾ ਜਿਹੜਾ ਟੋਲ ਪਲਾਜ਼ਾ ਹੈ, ਦੋਨੇ ਪਾਸੇ, ਇਹ ਨਹੀਂ ਇੱਕ ਪਾਸੇ, ਤੁਹਾਨੂੰ ਪਰਲੇ ਪਾਸੇ ਵੀ ਦਿਖਾ, ਜਿਹੜੇ ਅੰਮ੍ਰਿਤਸਰ ਨੂੰ, ਇਹ ਜਲੰਧਰ ਨੂੰ ਜਾ ਰਿਹਾ ਰਸਤਾ ਜਿਹੜਾ ਸਾਹਮਣੇ ਤੁਹਾਨੂੰ ਦਿਖਾ ਰਹੇ ਹਾਂ, ਔਰ ਇਹ ਸਾਹਮਣੇ ਉਹ ਜਿਹੜੀਆਂ ਗੱਡੀਆਂ ਆ ਰਹੀਆਂ ਤੁਸੀਂ ਉਹ ਵੀ ਤੁਹਾਨੂੰ ਦਿਖਾ ਦਿੰਦੇ ਹਾਂ। ਕਦੀ ਇਹੋ ਜਿਹਾ ਨਜ਼ਾਰਾ ਅਸੀਂ ਆਪਣੇ ਸਾਹਮਣੇ ਆਪਣੀ ਹੋਸ਼ 'ਚ ਨਹੀਂ ਦੇਖਿਆ। ਔਰ ਇਹ ਦੇਖੋ, ਔਰ ਮਜ਼ਦੂਰ ਕਿਸਾਨ ਜਥੇਬੰਦੀਆਂ ਦੀਆਂ ਜਿਹੜੀਆਂ ਗੱਡੀਆਂ ਤੁਸੀਂ ਦੇਖੋ ਕਿ ਇੱਕ ਪਾਸੇ ਤੋਂ ਦੂਜੇ ਪਾਸੇ ਜਾ ਰਹੀਆਂ, ਫ੍ਰੀ ਜਿਹੜਾ ਚੱਲ ਰਿਹਾ ਸਾਰਾ ਕੁਝ। ਹਾਂਜੀ ਬਾਈ ਜੀ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਜਿਹੜਾ ਲੱਗਾ ਧਰਨਾ? ਹਾਂਜੀ ਕੀ ਕਹਿਣਾ ਚਾਹੋਗੇ ਧਰਨਾ ਲੱਗਾ ਜਿਹੜਾ? ਇਹਦੇ ਬਾਰੇ ਅਸੀਂ ਕਹਿਣਾ ਚਾਹੁੰਦੇ ਹਾਂ ਜੀ, ਮੈਂ ਪ੍ਰਗਟ ਸਿੰਘ ਪ੍ਰਿੰਗੜੀ, ਕਿਸਾਨ ਸੰਘਰਸ਼ ਕਮੇਟੀ ਕੋਟਬੁੱਢਾ ਦਾ ਆਗੂ ਹਾਂ ਜੀ। ਇਹ ਸਾਡਾ ਜਿਹੜਾ ਅੱਜ ਦਾ ਧਰਨਾ ਸੀ, ਇਹ ਕੇਂਦਰ ਸਰਕਾਰ ਅਤੇ ਉਹਦੇ ਯਾਰ ਜਿਹੜੇ ਅੰਬਾਨੀ ਅਤੇ ਅਡਾਨੀ ਆ, ਉਹਨਾਂ ਦੇ ਵਿਰੁੱਧ ਆ ਜਿਹੜੇ ਕਿਸਾਨੀ
ਨੂੰ ਛੱਡ ਕੇ ਔਰ ਸਾਰੇ ਜਿਹੜੇ ਦੇਸ਼ ਦੇ ਵਾਸੀ ਆ ਉਹਨਾਂ ਦੀ ਲੜਾਈ ਅਸੀਂ ਲੜ ਰਹੇ ਹਾਂ, ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਆਰਡੀਨੈਂਸ ਆ ਇਹ ਲੋਕ ਮਾਰੂ ਨੀਤੀਆਂ ਦੇ ਵੱਲ ਜਾ ਰਿਹਾ, ਇਸ ਕਰਕੇ ਅਸੀਂ ਇਹਦਾ ਵਿਰੋਧ ਕਰਦੇ ਹਾਂ। ਇਸੇ ਸੰਬੰਧ ਵਿੱਚ ਅਸੀਂ ਅੱਜ 2 ਘੰਟਿਆਂ ਵਾਸਤੇ ਇਹ ਜਿਹੜਾ ਟੋਲ ਪਲਾਜ਼ਾ ਇਹ ਬੰਦ ਕੀਤਾ ਜੀ। ਇਹ 2 ਘੰਟਿਆਂ 'ਚ ਕਿ ਉਹ ਕਈ ਕਹਿ ਰਹੇ ਵੀ 24 ਘੰਟੇ ਚੱਲੇਗਾ? ਅਣਮਿੱਥੇ ਸਮੇਂ ਵਾਸਤੇ ਵੀ ਆ ਕੁਛ ਜਥੇਬੰਦੀਆਂ ਵੱਲੋਂ। ਅੱਛਾ, ਹਾਂਜੀ। ਕਈ ਲੋਕ ਵਿੱਚ ਕਹਿ ਰਹੇ ਆਮ ਵੀ ਇੱਥੇ ਕਰਨ ਦਾ ਕੀ ਫਾਇਦਾ, ਦਿੱਲੀ ਜਾ ਕੇ ਕਰਨਾ ਚਾਹੀਦਾ। ਫਾਇਦਾ ਕਿਉਂ ਨਹੀਂ ਗਾ, ਇੱਥੋਂ ਹੀ ਦਿੱਲੀ ਦੀਆਂ ਜੜਾਂ ਇੱਥੋਂ ਹੀ ਲਾਵਾਂਗੇ। ਠੀਕ ਹੈ, ਹਾਂਜੀ। ਜਿਨ੍ਹਾਂ ਨੂੰ ਨਹੀਂ ਪਤਾ ਉਹ ਇਹੋ ਜਿਹੇ ਸਵਾਲ ਕਰਦੇ ਆ। ਜਿਹੜੇ ਲੋਕਾਂ ਨੂੰ ਨਹੀਂ ਪਤਾ ਉਹ ਸਵਾਲ ਇਹ ਕਰਦੇ ਆ ਵੀ ਪੰਜਾਬ ਕੋਈ ਇੰਡੀਆ ਤੋਂ ਬਾਹਰ? ਹਾਂਜੀ ਹਾਂਜੀ, ਇਹ ਸਾਰੇ ਭਾਰਤ ਦਾ ਦੀ ਲੜਾਈ ਆ, ਇਕੱਲੇ ਕਿਸਾਨ ਦੀ ਲੜਾਈ ਨਹੀਂ ਗੀ, ਇਹ ਸਾਰੇ ਭਾਰਤ ਦੇ ਲੋਕਾਂ ਦੀ ਲੜਾਈ ਆ, ਇਹ ਸਾਰੇ ਸੂਬੇ ਦੀ ਲੜਾਈ ਆ। ਇਹ ਤੁਸੀਂ ਦੇਖ ਰਹੇ ਹੋ ਜੀ ਕਿ ਕਿਸਾਨ ਜਥੇਬੰਦੀ ਦੀਆਂ ਜਿਹੜੀਆਂ ਗੱਡੀਆਂ ਉਹ ਵੀ ਆ ਜਾ ਰਹੀਆਂ, ਔਰ ਆਹ ਦੇਖੋ ਤੁਸੀਂ ਕਿ ਜਿਹੜਾ ਗੱਡੀਆਂ ਕਿਸ ਤਰ੍ਹਾਂ ਲੰਘ ਰਹੀਆਂ ਨੇ। ਇਹ ਅੰਮ੍ਰਿਤਸਰ ਨੂੰ ਜਾਣ ਵਾਲਾ ਰਸਤਾ, ਸੋ ਇਹ ਗੱਡੀਆਂ ਸਾਰੀਆਂ ਅੰਮ੍ਰਿਤਸਰ ਨੂੰ ਜਾ ਰਹੀਆਂ ਨੇ। ਅਤੇ ਇਹ ਜਿਹੜਾ ਅੱਜ ਦੇਖਣ ਨੂੰ ਮਿਲ ਰਿਹਾ ਨਜ਼ਾਰਾ, ਤੁਸੀਂ ਦੇਖੋ ਕਿ 1 ਮਿੰਟ ਦੇ ਵਿੱਚ ਗੱਡੀ ਕਿੰਨੀ ਲੰਘਦੀ ਹੈ, ਟੋਲ ਪਲਾਜ਼ਿਆਂ ਨੂੰ ਕਮਾਈ ਕਿੰਨੀ ਹੈ। ਦੇਖੋ 1 ਮਿੰਟ ਦੇ ਵਿੱਚ ਗੱਡੀ ਕਿੰਨੀ ਨਿਕਲਦੀ ਹੈ ਅਤੇ ਟੋਲ ਪਲਾਜ਼ਿਆਂ ਵਾਲਿਆਂ ਨੂੰ ਕਮਾਈ ਕਿੰਨੀ ਹੈ, ਔਰ ਕਿੱਦਾਂ ਟਰੱਕਾਂ ਵਾਲੇ ਜਿਹੜੇ ਨਿਕਲ ਰਹੇ ਨੇ। ਬਾਈ ਜੀ ਖੁਸ਼ ਹੋ? ਹਾਂਜੀ ਖੁਸ਼ ਹਾਂ ਜੀ, ਖੁਸ਼ ਹਾਂ। ਕਿੰਨਾ ਟੋਲ ਪਲਾਜ਼ਾ ਕੇ ਭਰਦੇ ਸੀ? ਇਹ ਤਾਂ ਕੰਪਨੀ ਭਰਦੀ ਜੀ, ਅਸੀਂ ਤਾਂ ਭਰਦੇ ਨਹੀਂ। ਕਿੰਨਾ ਭਰਦੇ ਸੀ? ਸਾਡਾ ਤਾਂ 100 ਰੁਪਇਆ। ਅੱਛਾ, ਇੱਕ ਸਾਈਡ ਦਾ। ਤੇ ਤੁਸੀਂ ਅੱਕ ਜੋ ਇੱਦਾਂ ਟੋਲ ਪਲਾਜ਼ਿਆਂ ਨੂੰ ਬੰਦ ਕਰਨ ਦੇ? ਅਸੀਂ ਅੱਕ ਜਾਂਗੇ। ਅੱਛਾ, ਖੁਸ਼ ਹੋ? ਕੋਈ ਲਾਈਨਾਂ ਨਹੀਂ, ਕੋਈ ਇੰਤਜ਼ਾਰ ਨਹੀਂ, ਸਿੱਧਾ ਲੰਘਦੇ ਜਾਂਦੇ ਹੋ? ਸਿੱਧੇ ਲੰਘਦੇ ਜਾਂਦੇ। ਚਲੋ, ਹੋਣਾ ਹੀ ਇੱਦਾਂ ਚਾਹੀਦਾ, ਹੋਣਾ ਹੀ ਇੱਦਾਂ ਚਾਹੀਦਾ। ਸੋ ਇਹ ਤੁਹਾਨੂੰ ਦਿਖਾ ਰਹੇ ਹਾਂ ਕਿ ਲੋਕਾਂ ਦੇ ਜੋ ਇੱਥੇ ਪਹਿਲਾਂ ਬੜੀ ਵੇਟ ਵੀ ਕਰਨੀ ਪੈਂਦੀ ਸੀ ਲੋਕਾਂ ਨੂੰ, ਪਰ ਹੁਣ ਬਿਲਕੁਲ ਬਿਨਾਂ ਵੇਟ ਕੀਤੇ ਸਿੱਧੀਆਂ ਗੱਡੀਆਂ ਲੰਘ ਰਹੀਆਂ ਨੇ। ਸੋ ਕਿਸਾਨਾਂ ਨੇ ਇੱਕ ਤਰ੍ਹਾਂ ਦਾ ਜਿਹੜਾ ਲੋਕਾਂ ਦੇ ਚਿਹਰਿਆਂ 'ਤੇ ਰੌਣਕ ਵੀ ਲੈਣ ਦੀ ਆ। ਤੁਸੀਂ ਦੇਖੋ ਕਿ ਗੱਡੀਆਂ 1 ਮਿੰਟ ਦੇ ਵਿੱਚ ਗੱਡੀ ਦੇਖੋ, ਦੋਵੇਂ ਟਰੈਕ ਨੇ, ਇਹ ਵੀ ਟਰੈਕ ਹੈ ਅਤੇ ਪਰਲਾ ਟਰੈਕ ਵੀ ਆ। ਸੋ ਦੋਨੋਂ ਟਰੈਕ ਬਿਲਕੁਲ ਆਪਣੀ ਫੁੱਲ ਰਫਤਾਰ 'ਚ ਚੱਲ ਰਹੇ ਨੇ, ਲੋਕ ਬੜੇ ਖੁਸ਼ ਨੇ ਕਿ ਦੇਖੋ ਤਾਂ ਨਜ਼ਾਰਾ ਵੇਖੋ। ਇਹ ਅੰਮ੍ਰਿਤਸਰ ਜਾਣ ਵਾਲਾ ਰਸਤਾ, ਇਹ ਸਭ ਗੱਡੀਆਂ ਜਿਹੜੀਆਂ ਅੰਮ੍ਰਿਤਸਰ ਨੂੰ ਜਾ ਰਹੀਆਂ, ਉਹ ਤੁਸੀਂ ਦੇਖੋ ਗੱਡੀਆਂ ਦੀ ਰਫਤਾਰ ਦੇਖੋ, ਔਰ ਗੱਡੀਆਂ ਦਾ ਜਿਹੜਾ ਨੰਬਰ ਦੇਖੋ ਕਿ ਕਿੰਨੇ ਜ਼ਿਆਦਾ ਗੱਡੀਆਂ ਦੇ ਨੰਬਰ ਹੈ। ਤੁਸੀਂ ਇਹ ਤੋਂ ਹਿਸਾਬ ਲਗਾ ਲਓ ਕਿ 1 ਟੋਲ ਪਲਾਜ਼ੇ 'ਤੇ ਉਹ ਕਿੰਨੀ ਕਮਾਈ ਜਿਹੜੀ ਹੈ ਉਹ ਸਰਕਾਰਾਂ ਨੂੰ ਹੁੰਦੀ ਹੈ। ਸੋ ਇਹ ਇਸ ਲਈ ਸਰਕਾਰਾਂ ਨੂੰ ਜਿਹੜੀ ਸੈੱਟਬੈਕ ਜੋ ਕਿਸਾਨਾਂ ਵੱਲੋਂ ਲਗਾਉਣ ਦਾ ਜਿਹੜਾ ਇਹ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ, ਤਾਂ ਕਿ ਸੁੱਤੀ ਜੋ ਕਿਸਾਨਾਂ ਦਾ ਕਹਿਣਾ ਕਿ ਅਸੀਂ ਸੁੱਤੀ ਸਰਕਾਰ ਨੂੰ ਜਗਾਉਣਾ ਚਾਹੁੰਦੇ ਹਾਂ, ਅਸੀਂ ਸਾਡਾ ਕੋਈ ਦਿਲ ਨਹੀਂ ਕਰਦਾ ਇਹ ਸਾਰਾ ਕਰਨ ਨੂੰ, ਅਸੀਂ ਆਪਣੇ ਘਰ ਬਾਰ ਛੱਡ ਕੇ ਇੱਥੇ ਖਲੋਤੇ ਹੋਏ ਹਾਂ, ਅਤੇ ਆਪਣੀਆਂ ਉਹਨਾਂ ਦੀਆਂ ਫਸਲਾਂ ਜਿਹੜੀਆਂ ਉਹ ਵਾਹਣ ਵਾਲੀਆਂ ਨੇ, ਲੈ ਕੇ ਉਹਨਾਂ ਨੂੰ ਮਜਬੂਰੀ ਦੇ ਵਿੱਚ ਇਹ ਕੰਮ ਕਰਨਾ ਪੈ ਰਿਹਾ, ਕਿਉਂਕਿ ਆਖਰੀ ਜੰਗ ਹੈ ਪਾਕਿਸਤਾਨ ਦੀ, ਉਹ ਆਖਰੀ ਜੰਗ ਹੈ ਸੋਰੀ ਪੰਜਾਬ ਦੀ। ਅਤੇ ਇਹ ਤੁਹਾਨੂੰ ਦਿਖਾ ਦਿੱਤਾ ਸਾਹਮਣੇ ਨਜ਼ਾਰਾ, ਔਰ ਇਹ ਜਿਹੜਾ ਅੰਮ੍ਰਿਤਸਰ ਤੋਂ ਜਿਹੜਾ ਰੋਡ ਹੈ ਉਹ ਜਲੰਧਰ ਵੱਲ ਨੂੰ ਜਾਂਦਾ ਹੋਇਆ, ਅੱਗੇ ਸ਼ੇਅਰ ਕਰ ਦਿਓ ਜਿਹੜੇ ਅਤੇ ਇਹਦੇ ਨਾਲ ਐਗਰੀ ਨੇ ਬਿਲਕੁਲ ਸ਼ੇਅਰ ਕਰ ਦਿਓ ਕਿ ਸਾਰੇ ਗਰੁੱਪਾਂ 'ਚ ਸ਼ੇਅਰ ਕਰਿਓ ਨਾਲ ਨਾਲ, ਅਤੇ ਹੋਰ ਵੀ ਆਪਾਂ ਜਥੇਬੰਦੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ।
ਹਾਂਜੀ ਜਨਾਬ, ਕੀ ਕਹੋਗੇ ਧਰਨੇ ਬਾਰੇ? ਧਰਨਾ ਜੋੜਾ ਛੋੜਾ ਨਾਲ ਚੱਲਣ ਡਿਆ ਜੀ। ਤੇ ਪੱਕਾ ਚੱਲੂ ਇਹ? ਹਾਂ ਪੱਕਾ ਚੱਲੂਗਾ ਜੀ। ਦਿਨ ਰਾਤ ਚੱਲੂ? ਹਾਂ ਦਿਨ ਰਾਤ ਚੱਲੂਗਾ ਜੀ। ਅੱਛਾ, ਹਾਂ ਤੇ ਕੀ ਮੰਗਾਂ ਕੀ ਨੇ ਤੁਹਾਡੀਆਂ? ਮੰਗਾਂ ਸਾਡੀਆਂ ਆਰਡੀਨੈਂਸ ਜਿਹੜੇ ਤਿੰਨੇ ਗੌਰਮੈਂਟ ਨੇ ਪਾਸ ਕੀਤੇ ਉਹ ਵਾਪਸ ਲੈਣੇ ਚਾਹੀਦੇ ਜੀ ਮੋਦੀ ਸਰਕਾਰ ਨੂੰ। ਹਾਂ ਹਾਂ, ਨਾ ਜੇ ਮੋਦੀ ਸਰਕਾਰ ਵਾਪਸ ਨਾ ਲਏ ਜਿੰਨਾ ਚਿਰ ਵਾਪਸ ਨਹੀਂ ਦੀ ਉਹਨਾਂ ਚਿਰ ਲਗਾਤਾਰ ਧਰਨੇ ਚੱਲਣਗੇ ਜੀ। ਠੀਕ ਹੈ ਪ੍ਰਧਾਨ ਸਾਹਿਬ, ਕਰ ਲਓ ਗੱਲ, ਦੱਸ ਦਿਓ ਪ੍ਰਧਾਨ ਸਾਹਿਬ। ਤੁਸੀਂ ਦੱਸੋ ਜਿਹੜਾ ਅੱਜ ਧਰਨਾ ਲਾਇਆ, ਕਿਸ ਮਕਸਦ ਨਾਲ ਲਾਇਆ ਧਰਨਾ? ਧਰਨਾ ਜੀ ਇਹ ਜੋ ਆਰਡੀਨੈਂਸ ਮੋਦੀ ਸਰਕਾਰ ਨੇ ਪਾਸ ਕੀਤੀ ਉਹਦੇ ਸੰਬੰਧ ਦੇ ਵਿੱਚ ਉਹਦੀ ਕੜੀ ਮੁਤਾਬਕ ਜੋ 25 ਨੂੰ ਬੰਦ, 1 ਨੂੰ ਰੇਲ ਰੋਕੋ ਜਿਹੜਾ ਚੱਲਣ ਦਿਆ, ਉਸੇ ਦੇ ਸੰਬੰਧ ਵਿੱਚ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਇਹ ਸੀਗਾ ਵੀ ਜਿਹੜੇ ਹਰਿਆਣਾ ਸਰਕਾਰ ਨੇ, ਹਰਿਆਣੇ ਦੇ ਵਿੱਚ BJP ਸਰਕਾਰ ਨੇ ਕਿਸਾਨਾਂ 'ਤੇ ਲਾਠੀਚਾਰਜ ਕੀਤਾ, ਪਾਣੀ ਦੀਆਂ ਪਛਾੜਾਂ ਮਾਰੀਆਂ, ਪਰਚੇ ਦਰਜ ਕੀਤੇ, ਉਹਦੇ ਵਿਰੋਧ ਦੇ ਵਿੱਚ ਅੱਜ ਅਸੀਂ ਟੋਲ ਪਲਾਜੇ ਔਰ ਰਿਲਾਇੰਸ ਦੇ ਪੰਪ ਔਰ ਹਾਈਵੇ ਰੋਡ 'ਤੇ ਬੈਠੇ ਹਾਂ ਜੀ ਉਸ ਸੰਬੰਧ ਦੇ ਵਿੱਚ। ਤੋ ਤੁਸੀਂ ਪੰਪ ਵੀ ਜਿਹੜੇ ਨਾਲ ਦੇ ਨਾਲ ਬੰਦ ਕੀਤੇ? ਬਿਲਕੁਲ, ਜਿਹੜੇ ਸਾਡੇ ਏਰੀਏ 'ਚ ਰਿਲਾਇੰਸ ਦੇ ਪੰਪ ਆ ਅਸੀਂ ਉਹ ਵੀ ਬੰਦ ਕੀਤੇ ਆ, ਅਸੀਂ ਵਿਰੋਧ 'ਚ ਬੰਦ ਕੀਤੇ ਆ ਕਿਉਂਕਿ ਇਹ ਵੀ ਉਹਨਾਂ ਕੰਪਨੀਆਂ ਨਾਲ ਜੁੜਦੇ ਅਡਾਨੀਆਂ ਅਬਾਨੀਆਂ ਦੇ ਨਾਲ ਜਿਨ੍ਹਾਂ ਨੂੰ ਸਰਕਾਰ ਸਾਡਾ ਐਗਰੀਕਲਚਰ ਦਾ, ਸਾਡੇ ਦੇਸ਼ ਦਾ ਜਿਹੜਾ ਕਿਸਾਨੀ ਦੀ ਜਿਹੜੀ ਆ ਉਹ ਜ਼ਮੀਨ ਜਾਇਦਾਦ ਦੀ ਡੋਰ ਫੜਾਉਣ ਦੀ ਜਾ ਰਹੀ ਆ, ਅਸੀਂ ਵਿਰੋਧ ਕਰਨੇ ਵੀ ਉਹਨਾਂ ਕੰਪਨੀਆਂ ਨੂੰ ਪਤਾ ਲੱਗੇ ਵੀ ਅਸੀਂ ਕਿ ਸਾਡਾ ਪੰਜਾਬ ਦੇ ਵਿੱਚ ਇਹਨਾਂ ਦਾ ਅਡਾਨੀਆਂ ਅਬਾਨੀਆਂ ਦਾ ਵਿਰੋਧ ਆ ਜੀ। ਇਹ ਕਿੰਨੀ ਦੇਰ ਚੱਲੇਗਾ ਪ੍ਰਧਾਨ ਸਾਹਿਬ ਇਹ ਜਿਹੜਾ ਸਾਡਾ 15 ਤਰੀਕ ਨੂੰ ਸਾਡੀ ਜਿਹੜੀ 31 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਆ ਚੰਡੀਗੜ੍ਹ ਦੇ ਵਿੱਚ, ਉਹਦੇ ਵਿੱਚ ਫੈਸਲਾ ਆਊਗਾ, ਉਹਦੇ ਵਿੱਚ ਅਗਲੀ ਰਣਨੀਤੀ ਜਿਹੜੀ ਤੈਅ ਕੀਤੀ ਜਾਊਗੀ, ਉਹਨਾਂ ਚਿਰ ਇੱਦਾਂ ਰੈਗੂਲਰ ਚੱਲੂਗਾ, 15 ਤੋਂ ਬਾਅਦ 'ਚ ਕਿਸ ਤਰ੍ਹਾਂ ਦੀ ਰੂਪ ਰੇਖਾ ਬਣਦੀ ਆ, ਜਿਸ ਤਰ੍ਹਾਂ ਦੀ ਰੂਪ ਰੇਖਾ ਬਣੂਗੀ ਉਸ ਹਿਸਾਬ ਨਾਲ ਚਲਾਵਾਂਗੇ। ਇਹਦਾ ਮਤਲਬ ਹੈ ਕਿ ਜਿਹੜੇ ਟੋਲ ਪਲਾਜ਼ੇ ਨੇ ਅਤੇ ਪੈਟਰੋਲ ਪੰਪ ਨੇ 15 ਤੱਕ ਇਸ ਤਰ੍ਹਾਂ ਇਹਨਾਂ ਦੇ ਧਰਨੇ ਰਹਿਣਗੇ? ਬਿਲਕੁਲ, ਕੋਸ਼ਿਸ਼ ਸਾਡੀ ਇਹੀ ਰਹੂਗੀ, ਜਾਰੀ ਆ ਸਾਡੀ ਵੀ ਟੋਲ ਪਲਾਜ਼ੇ ਔਰ ਪੰਪ ਜਿਹੜੇ ਅਸੀਂ ਬੰਦ ਰੱਖੀਏ, ਬਾਕੀ ਜੋ ਜਥੇਬੰਦੀਆਂ ਨਾਲ ਮੈਸੇਜ ਆਊਗਾ ਉਹਦੇ ਮੁਤਾਬਕ ਅੱਗੇ ਸਾਹਾਂ ਚੱਲਾਂਗੇ। ਅਜੇ ਫਿਲਹਾਲ ਇੱਥੇ ਕਿੰਨੀ ਦੇਰ ਬੈਠਣ ਦਾ ਪ੍ਰੋਗਰਾਮ ਆ? ਫਿਲਹਾਲ ਅਸੀਂ ਇੱਥੇ ਹਾਂ, ਸਾਡੀ ਮੀਟਿੰਗ ਲੱਗੂਗੀ, ਮੀਟਿੰਗ ਦੇ ਵਿੱਚ ਫਾਈਨਲ ਤੈਅ ਕਰੂਗਾ ਵੀ ਇਹ ਸਾਡਾ ਕਿਸ ਤਰ੍ਹਾਂ ਚਲਾਉਣਾ ਵਾ, ਕਿੱਦਾਂ ਚਲਾਉਣਾ, ਕਿਉਂਕਿ ਸਾਰਾ ਪ੍ਰਬੰਧ ਚਾਹੀਦਾ, ਉਹਦੇ ਮੁਤਾਬਕ ਅਸੀਂ ਮੀਟਿੰਗ ਕਰਾਂਗੇ, ਮੀਟਿੰਗ ਤੋਂ ਸਾਰੀ ਤੈਅ ਕਰਾਂਗੇ ਵੀ ਇਹਨੂੰ ਕਿੰਨੀ ਦੇਰ ਤੱਕ ਚਲਾਉਣਾ ਅਤੇ ਕਿਸ ਤਰੀਕੇ ਨਾਲ ਚਲਾਉਣਾ। ਤੁਹਾਨੂੰ ਕਿੰਨਾ ਕੁ ਸਾਥ ਮਿਲ ਰਿਹਾ ਆਸੇ ਪਾਸੇ ਕਿਸਾਨਾਂ ਦਾ, ਪਿੰਡਾਂ 'ਚੋਂ? ਬਿਲਕੁਲ, ਬਹੁਤ ਸਾਥ ਹੈ ਜੀ, ਹਰ ਕਿਸੇ ਦੇ ਵਿੱਚ ਨਿਰਾਸ਼ਤਾ ਵਾ, ਵਿਰੋਧ ਆਏ ਦੇ ਖਿਲਾਫ, ਕਿਸਾਨਾਂ ਤੋਂ ਇਲਾਵਾ ਮਜ਼ਦੂਰ, ਛੋਟੇ ਜਿਹੜੇ ਦੁਕਾਨਦਾਰ ਆ ਜਾਂ ਹੋਰ ਕਿੱਤੇ ਨਾਲ ਜੁੜੇ ਆ, ਡੇਅਰੀਆਂ ਨਾਲ ਜੁੜੇ ਆ, ਆੜ੍ਹਤੀ ਆ, ਮਜ਼ਦੂਰ ਆ, ਸਾਨੂੰ ਸਾਰਿਆਂ ਦਾ ਸਾਥ ਮਿਲ ਰਿਹਾ ਔਰ ਵੱਡੀ ਪੱਧਰ 'ਤੇ ਸਾਥ ਮਿਲ ਰਿਹਾ। ਉਹ ਕਹਿੰਦੇ ਵੀ ਜੇ ਸੰਘਰਸ਼ ਲੰਮਾ ਹੁੰਦਾ ਅਸੀਂ ਤਿਆਰ ਬੈਠੇ ਹਾਂ, ਸਾਨੂੰ ਆਵਾਜ਼ ਮਾਰੋ, ਅਸੀਂ ਆਉਣ ਨੂੰ ਤਿਆਰ ਬੈਠੇ, ਅਸੀਂ ਤੁਹਾਡੇ ਨਾਲ ਖੜਾਂਗੇ, ਡਟਾਂਗੇ, ਬੈਠਾਂਗੇ। ਕਈ ਥਾਵਾਂ 'ਤੇ ਦੇਖਿਆ ਗਿਆ ਕਿ ਦੁਕਾਨਾਂ 'ਤੇ ਜਾ ਕੇ ਕੁਝ ਜਿਹੜੀਆਂ ਕਮੇਟੀਆਂ ਨੇ, ਕਿਸਾਨ ਮਜ਼ਦੂਰ ਕਮੇਟੀਆਂ ਨੇ, ਜਿਵੇਂ ਮਾਲਵੇ ਵਾਲੀ ਸਾਈਡ, ਦੁਕਾਨਾਂ 'ਤੇ ਜਾ ਕੇ ਲੋਕਾਂ ਨੂੰ ਸਮਝਾ ਰਹੇ ਨੇ, ਇੱਥੇ ਵੀ ਕੋਈ ਇਹੋ ਜਿਹਾ ਸ਼ੁਰੂ ਕਰਨ ਜਾ ਰਹੇ ਹੋ ਵੀ ਲੋਕਾਂ ਦਾ ਸਾਥ ਲੈਣ ਲਈ ਨਾਲ? ਦੇਖੋ, ਅਸੀਂ 25 ਤਰੀਕ ਨੂੰ ਅਪੀਲ ਕੀਤੀ ਅੰਮ੍ਰਿਤਸਰ ਦੀਆਂ ਜਿਹੜੀਆਂ ਹਾਲ ਬਾਜ਼ਾਰ ਆ ਜਾਂ ਜਿਹੜੀ ਢਾਬ ਆ, ਜਿਹੜੇ ਵੱਡੇ ਦੁਕਾਨਦਾਰ ਆ ਵੱਡੀਆਂ ਜਿਹੜੀਆਂ, ਦੁਬਾਰਾ ਕਲੀਅਰ ਕਰ ਦਿਓ ਕਿਹੜੀ 25? 25 ਸਤੰਬਰ ਨੂੰ ਜਦੋਂ ਬੰਦ ਦਾ ਸੱਦਾ ਸੀਗਾ ਉਦੋਂ ਅਸੀਂ ਅਪੀਲ ਕੀਤੀ ਸੀ ਜਾ ਕੇ ਕਿਸਾਨਾਂ ਨੂੰ, ਦੁਕਾਨਦਾਰਾਂ ਨੂੰ, ਉਹਨਾਂ ਵੱਡੀ ਪੱਧਰ ਦੇ ਉੱਤੇ ਜਿਹੜਾ ਵਾ ਉਹ ਸਾਡਾ ਸਾਥ ਦਿੱਤਾ ਔਰ ਸਾਡਾ ਪੂਰਾ ਪੰਜਾਬ ਬੰਦ ਕੀਤਾ, ਉਹਨਾਂ ਅਪੀਲ ਸਾਡੀ ਪ੍ਰਵਾਨ ਕੀਤੀ। ਹੁਣ ਤਾਂ ਅਸੀਂ ਜਿਹੜੀ ਕਿਤੇ ਖੁਦ ਹੀ ਆਪ ਹੀ ਆਪਣੇ ਆਪ ਹੀ ਸਾਡੇ ਨਾਲ ਸ਼ਾਮਿਲ ਆਉਂਦਾ ਔਰ ਸਾਨੂੰ ਸਮਰਥਨ ਦੇ ਰਿਹਾ ਜੀ। ਉਹਨਾਂ ਨੂੰ ਜਾਗਰੂਕ ਕਰਨ ਵਾਸਤੇ, ਕਿਉਂਕਿ ਦੁਕਾਨਦਾਰਾਂ ਨੂੰ ਜਾਂ ਹੋਰ ਕਿਸੇ ਨੂੰ ਜਾਗਰੂਕ ਕਰਨ ਵਾਸਤੇ ਬੜੀਆਂ ਥਾਵਾਂ 'ਤੇ ਵੀਡੀਓਜ਼ ਆ ਰਹੀਆਂ ਵੀ ਦੁਕਾਨਾਂ 'ਤੇ ਜਾ ਕੇ ਉਹਨਾਂ ਨੂੰ ਪੰਪਲੈਂਟ ਵੜ ਕੇ ਜਾਗਰੂਕ ਕੀਤਾ ਜਾ ਰਿਹਾ ਆਰਡੀਨੈਂਸਾਂ ਬਾਰੇ, ਨਾਲ ਸਾਥ ਦਿਓ, ਕੋਈ ਤੁਹਾਡੇ ਲਈ ਇਹੋ ਜਿਹੀ ਰਣਨੀਤੀ ਹੈ ਜੀ?
ਫਿਲਹਾਲ ਸਾਡੇ ਕੋਈ ਇਹੋ ਜਿਹੀ ਰਣਨੀਤੀ ਸਾਡੀ ਜਥੇਬੰਦੀਆਂ ਨੂੰ ਵੱਲੋਂ ਨਹੀਂ ਆ। ਉਹ ਇਕੱਲੀ ਜਥੇਬੰਦੀ ਜਾਂ ਕਿਸੇ ਜਥੇਬੰਦੀ ਦਾ ਆਪਣਾ ਮੈਟਰ ਹੋਵੇ ਕਿ ਸਮਝਾਉਣਾ ਵਾ ਦੱਸਣਾ ਵਾ ਉਹ ਕਰ ਰਹੇ ਹੋਣਗੇ, ਚੰਗੀ ਗੱਲ ਹੈ ਜੀ। ਜਿਨ੍ਹਾਂ ਨੂੰ ਨਹੀਂ ਸਮਝ ਇਹਨਾਂ ਦੇ ਬਾਰੇ ਉਹਨਾਂ ਨੂੰ ਸਮਝਾਉਣਾ ਚਾਹੀਦਾ, ਭਾਵੇਂ ਉਹ ਸੋਸ਼ਲ ਮੀਡੀਆ ਰਾਹੀਂ ਸਮਝਣ, ਭਾਵੇਂ ਉਹਨਾਂ ਨੂੰ ਦੁਕਾਨਦਾਰਾਂ 'ਤੇ ਅਪੀਲ ਕਰਕੇ ਸਮਝਾਇਆ ਜਾਵੇ, ਚੰਗੀ ਗੱਲ ਹੈ ਜੀ। ਜਿਨ੍ਹਾਂ ਨੂੰ ਨਹੀਂ ਸਮਝ ਉਹਨਾਂ ਨੂੰ ਸਮਝ ਹੋਣੀ ਚਾਹੀਦੀ ਹੈ ਜੀ। ਅਜੇ ਤੁਸੀਂ ਫਿਲਹਾਲ ਰਾਤ ਦਾ ਕੋਈ ਇੱਥੇ ਅਰੇਂਜਮੈਂਟ ਕਰ ਰਹੇ ਹੋ ਅੱਜ ਰਾਤ ਰੁਕਣ ਦਾ? ਵੇਖੋ, ਉਹੀ ਅਸੀਂ ਮੀਟਿੰਗ ਕਰਨ ਲੱਗੇ ਹਾਂ, ਉਹ ਮੀਟਿੰਗ ਦੇ ਤੌਰ 'ਤੇ ਅਸੀਂ ਸਪਸ਼ਟ ਕਰਾਂਗੇ। ਪ੍ਰੈਸ ਨੋਟ ਜਾਰੀ ਕਰ ਦਿਓਗੇ? ਪ੍ਰੈਸ ਨੋਟ ਜਾਰੀ ਕਰਾਂਗੇ ਜਾਂ ਦੂਜਾ ਇੱਥੇ ਅਸੀਂ ਮੀਟਿੰਗ ਦੇ ਵਿੱਚ ਜਿਹੜੀ ਪ੍ਰੈਸ ਨੂੰ ਦੱਸਾਂਗੇ, ਅਸੀਂ ਆਪਣੀ ਮੀਟਿੰਗ ਲਾ ਲਈਏ, ਇੱਕ ਮੀਟਿੰਗ ਦੇ ਮੁਤਾਬਕ ਪੂਰੀ ਰਣਨੀਤੀ ਬਣਾਵਾਂਗੇ ਕਿੱਦਾਂ ਚਲਾਉਣਾ ਜੀ। ਠੀਕ ਹੈ ਜੀ, ਮਿਹਰਬਾਨੀ। ਸੋ ਇਹ ਸਨ ਸਾਡੇ ਨਾਲ ਜਿਹੜੇ ਕਿਸਾਨ ਮਜ਼ਦੂਰ ਕਮੇਟੀ ਹੈ ਉਹਨਾਂ ਦੇ ਜਿਹੜੇ ਇੱਥੋਂ ਦੇ ਪ੍ਰਧਾਨ, ਔਰ ਉਹ ਕਹਿ ਰਹੇ ਨੇ ਕਿ ਅਸੀਂ ਇੱਥੇ ਮੀਟਿੰਗ ਕਰਨ ਜਾ ਰਹੇ ਹਾਂ। ਸੋ ਅਗਲੀ ਰਣਨੀਤੀ ਜਿਹੜੀ ਹੈ ਅਸੀਂ ਮੀਟਿੰਗ ਦੇ ਵਿੱਚ ਜਿਹੜੀ ਤੈਅ ਕਰਾਂਗੇ। ਪਰ ਤੁਹਾਨੂੰ ਇੱਕ ਵਾਰ ਦਿਖਾ ਦਈਏ, ਤੁਸੀਂ ਇੱਥੋਂ ਬਹੁਤ ਵਾਰੀ ਲੰਘੇ ਹੋਵੋਗੇ। ਸੋ ਇਹ ਉਹ ਖਿੜਕੀਆਂ ਨੇ ਜਿੱਥੋਂ ਤੁਸੀਂ ਟੋਲ ਪਲਾਜ਼ਾ ਜਿਹੜਾ ਕਟਵਾ ਕੇ ਜਾਂਦੇ ਸੀ। ਤੁਹਾਨੂੰ ਦਿਖਾ ਦਈਏ, ਖਿੜਕੀਆਂ ਬੰਦ ਪਈਆਂ ਬਿਲਕੁਲ, ਤੁਸੀਂ ਦੇਖ ਸਕਦੇ ਹੋ। ਸੋ ਸਾਰੇ ਕਾਊਂਟਰ ਜਿਹੜੇ ਨੇ ਇਸ ਤਰ੍ਹਾਂ ਉਹ ਬੰਦ ਕੀਤੇ ਗਏ ਨੇ। ਮੁਲਾਜ਼ਮ ਜਿਹੜੇ ਨੇ ਟੋਲ ਪਲਾਜ਼ਾ ਦੀ ਇੱਕ ਸਾਈਡ 'ਤੇ ਬੈਠ ਗਏ ਨੇ, ਅਤੇ ਖਿੜਕੀਆਂ ਸਾਰੀਆਂ ਬੰਦ ਹੈ। ਕੋਈ ਵੀ ਟੋਲ ਇਸ ਵੇਲੇ ਨਹੀਂ ਕੱਟਿਆ ਜਾ ਰਿਹਾ, ਆਹ ਤੁਸੀਂ ਦੇਖ ਸਕਦੇ ਹੋ। ਪਰ ਤੁਸੀਂ ਕਦੀ ਇਹੋ ਜਿਹਾ ਨਜ਼ਾਰਾ ਪਹਿਲਾਂ ਨਹੀਂ ਦੇਖਿਆ ਹੋਏਗਾ ਕਿ ਟੋਲ ਤੋਂ ਬਿਨਾਂ ਤੁਸੀਂ ਪਰਚੀ ਕਟਾਏ ਨਿਕਲ ਜਾਓ, ਪਰ ਅੱਜ ਤੁਸੀਂ ਦੇਖ ਰਹੇ ਹੋ। ਕਦੋਂ ਤਾਂ ਬੰਦ ਹੈ ਜੀ ਇਹ? ਕਦੋਂ ਤਾਂ ਬੰਦ ਕੀਤਾ ਕਿਸਾਨਾਂ ਨੇ? ਕਿੰਨਾ ਟਾਈਮ ਹੋਇਆ? ਦੋ ਘੰਟੇ ਹੋ ਗਏ। ਸੋ ਇਹ ਜਿਹੜੇ ਮੁਲਾਜ਼ਮ ਨੇ ਟੋਲ ਪਲਾਜ਼ਾ ਦੇ, ਉਹ ਦੱਸ ਰਹੇ ਨੇ ਕਿ 2 ਘੰਟੇ ਤੋਂ ਪਿਛਲੇ ਇਹ ਟੋਲ ਪਲਾਜ਼ਾ ਬੰਦ ਪਿਆ। ਔਰ ਤੁਸੀਂ ਲਾਈਨਾਂ ਦੇਖ ਸਕਦੇ ਹੋ ਕਿ ਗੱਡੀਆਂ ਦੀਆਂ ਲਾਈਨਾਂ ਪਿੱਛੇ ਤੱਕ ਜਿਹੜੀਆਂ ਜਾ ਰਹੀਆਂ ਬਹੁਤ ਤੇਜ਼ੀ ਨਾਲ ਜਾ ਰਹੀ ਹੈ। ਔਰ ਤੁਸੀਂ ਯਕੀਨ ਮੰਨੋ, ਅਸੀਂ ਇੱਥੋਂ ਬਹੁਤ ਵਾਰੀ ਹਜ਼ਾਰਾਂ ਵਾਰੀ ਇੱਥੋਂ ਨਿਕਲੇ ਹਾਂ, ਇੰਨੀ ਤੇਜ਼ੀ ਨਾਲ ਸਪੀਡ ਨਾਲ ਇੱਥੋਂ ਕਦੀ ਵੀ ਨਹੀਂ ਨਿਕਲਿਆਗਾ ਜਿੰਨੀ ਸਪੀਡ ਨਾਲ ਅੱਜ ਨਿਕਲਿਆ ਜਾ ਰਿਹਾ। ਕਿਉਂਕਿ ਜਦੋਂ ਟੋਲ ਤੁਹਾਨੂੰ ਕਟਾਉਣਾ ਪੈਂਦਾ ਸੀ ਅਤੇ ਰੁਕਣਾ ਪੈਂਦਾ ਸੀ ਕਾਫੀ ਇੱਥੇ, ਕਈ ਵਾਰੀ ਇੱਥੇ ਅੱਧਾ ਅੱਧਾ ਘੰਟਾ ਵੀ ਰੁਕਣਾ ਪੈਂਦਾ ਸੀ। ਪਰ ਅੱਜ ਤੁਸੀਂ ਦੇਖੋ ਕਿ ਗੱਡੀਆਂ ਪਿੱਛੋਂ ਬਿਲਕੁਲ ਬਹੁਤ ਤੇਜ਼ੀ ਨਾਲ ਆਉਂਦੀਆਂ ਨੇ, ਸਿਰਫ ਸਪੀਡ ਬ੍ਰੇਕਰ ਕਰਕੇ ਜਿਹੜੀਆਂ ਸਪੀਡਾਂ ਲੱਗ ਰਹੀਆਂ, ਔਰ ਗੱਡੀਆਂ ਉੱਡਦੀਆਂ ਜਾ ਰਹੀਆਂ। 1 ਮਿੰਟ ਦੇ ਵਿੱਚ ਤੁਸੀਂ ਅਗਰ ਗਿਣਤੀ ਕਰੋ ਅੰਦਾਜ਼ਨ, ਅਗਰ ਸਾਰੇ ਟਰੈਕ ਦੇ ਵਿੱਚੋਂ, ਤੁਸੀਂ ਆਹ 2 ਟਰੈਕ ਚੱਲਦੇ ਨੇ, 1 ਮਿੰਟ ਦੇ ਵਿੱਚ ਘੱਟੋ ਘੱਟ ਜਿਹੜਾ 25 ਤੋਂ 30 ਗੱਡੀਆਂ 1 ਮਿੰਟ ਦੇ ਵਿੱਚ ਕ੍ਰੋਸ ਕਰਦੀਆਂ ਨੇ। ਸੋ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਜ਼ਿਆਦਾ ਸੈੱਟਬੈਕ ਹੈ ਟੋਲ ਪਲਾਜ਼ਿਆਂ ਦੇ ਨਾਲ, ਬੰਦ ਕਰਨ ਦੇ ਨਾਲ ਕਿੰਨੀ ਜ਼ਿਆਦਾ ਸੈੱਟਬੈਕ ਜਿਹੜੀ ਹੈ ਉਹ ਇਸ ਵੇਲੇ ਸਰਕਾਰ ਨੂੰ ਝੱਲਣੀ ਪਏਗੀ। ਕਿਸਾਨਾਂ ਨੇ ਜਿਹੜਾ ਉਹ ਪੂਰਾ ਸੰਘਰਸ਼ ਆਪਣਾ ਤੇਜ਼ ਕਰ ਦਿੱਤਾ। ਸੋ ਇਹ ਅੰਮ੍ਰਿਤਸਰ ਦਾ ਜੰਡਿਆਲਾ ਟੋਲ ਪਲਾਜ਼ਾ ਹੈ, ਬਹੁਤ ਵੱਡਾ ਟੋਲ ਪਲਾਜ਼ਾ ਹੈ। ਇਹਦੇ ਬਹੁਤ ਜ਼ਿਆਦਾ 7-8 ਜਿਹੜੇ ਇਹਦੇ ਕਾਊਂਟਰ ਨੇ। ਸੋ ਇਹ ਟੋਲ ਪਲਾਜ਼ਾ ਇਸ ਤਰ੍ਹਾਂ ਹੀ ਬੰਦ ਰਹੇਗਾ ਜਾਂ ਅੱਗੇ ਖੋਲ੍ਹਿਆ ਜਾਏਗਾ, ਇਹਦੇ ਬਾਰੇ ਹੁਣੇ ਕਿਸਾਨ ਜਥੇਬੰਦੀਆਂ ਦੀ ਜਿਹੜੀ ਹੈ ਉਹ ਮੀਟਿੰਗ ਸ਼ੁਰੂ ਹੋ ਗਈ ਹੈ। ਸੋ ਹੁਣੇ ਡਿਸਾਈਡ ਹੋ ਜਾਏਗਾ, ਸੋ ਤੁਹਾਨੂੰ ਵੀ ਸਭ ਨੂੰ ਪਤਾ ਲੱਗ ਜਾਏਗਾ। ਸੋ ਅਗਰ ਤੁਸੀਂ ਜਾਣਾ ਚਾਹੁੰਦੇ ਹੋ ਕਿਤੇ, ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ 'ਚ ਬਹੁਤ ਸਾਰੇ ਟੋਲ ਪਲਾਜ਼ੇ ਜਿਹੜੇ ਨੇ ਉਹ ਇਸ ਤਰ੍ਹਾਂ ਬੰਦ ਕਰ ਦਿੱਤੇ ਗਏ ਨੇ। ਆਲਮੋਸਟ ਜਿਹੜਾ ਪੰਜਾਬ ਕਹਿ ਸਕਦੇ ਹਾਂ ਕਿ ਇਸ ਵੇਲੇ ਟੋਲ ਫਰੀ ਜਿਹੜਾ ਹੋ ਗਿਆ। ਸੋ ਇਹ ਪਹਿਲੀ ਵਾਰੀ ਸ਼ਾਇਦ ਇਹੋ ਜਿਹਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ।
ਔਨ ਐਮਰਜੈਂਸੀ ਡਿਊਟੀ ਭਾਰਤ ਸਰਕਾਰ ਈਵਨ ਕਿ ਤੁਸੀਂ ਦੇਖ ਸਕਦੇ ਹੋ ਗੱਡੀਆਂ ਕਿਸ ਤਰ੍ਹਾਂ ਕਿੰਨੀ ਰਫਤਾਰ ਨਾਲ ਜਿਹੜੀਆਂ ਜਾ ਰਹੀਆਂ ਔਰ ਝੰਡਾ ਇੱਥੇ ਲੱਗ ਗਿਆ ਕਿਸਾਨ ਜਥੇਬੰਦੀਆਂ ਦਾ ਸੋ ਸਾਰੀਆਂ ਲਾਈਨਾਂ ਜਿਹੜੀਆਂ ਬੰਦ ਕਰ ਦਿੱਤੀਆਂ ਗਈਆਂ ਇੱਕ ਤੁਹਾਨੂੰ ਹੋਰ ਗੱਲ ਦੱਸ ਦਈਏ ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਇਹਦੇ 'ਚ ਲੱਗ ਰਿਹਾ ਸੀ ਕਿ ਸ਼ਾਇਦ ਫਾਸਟਵੇ ਜਿਹੜੀ ਹੈ ਉਹ ਲਾਈਨ ਚੱਲ ਰਹੀ ਹੈ ਸੋ ਸਾਹਮਣੇ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਸਾਹਮਣੇ ਜਿਹੜੀ ਫਾਸਟਵੇ ਵਾਲੀ ਜਿਹੜੀ ਲਾਈਨ ਆ ਉਹ ਵੀ ਬੰਦ ਹੈ ਸਾਰੀਆਂ ਇਹ ਲਾਈਨ ਉਹ ਹੈ ਜਿੱਥੋਂ ਕੋਈ ਫਾਸਟਵੇ ਨਹੀਂ ਕੱਟਿਆ ਜਾਂਦਾ ਫਾਸਟੈਗ ਸੋਰੀ ਅਤੇ ਕੋਈ ਦੂਜਾ ਨਹੀਂ ਕੱਟਿਆ ਜਾਂਦਾ ਦੇਖੋ ਇਹ ਉਹ ਲਾਈਨ ਹੈ ਸੋ ਸਾਹਮਣੇ ਜਿਹੜੀ ਫਾਸਟੈਗ ਵਾਲੀ ਲਾਈਨ ਉਹ ਸਾਈਡ 'ਤੇ ਆ ਕਿਸੇ ਦਾ ਫਾਸਟੈਗ ਨਹੀਂ ਕੱਟਿਆ ਜਾ ਰਿਹਾ ਫਾਸਟੈਗ ਵਾਲੀ ਲਾਈਨ ਵੀ ਜਿਹੜੀ ਆ ਉਹ ਬੰਦ ਕਰ ਦਿੱਤੀ ਆ ਤੋ ਕਿਸਾਨਾਂ ਨੇ ਜਿਹੜਾ 2-2.5 ਘੰਟੇ ਤੋਂ ਪਿਛਲੇ ਇਹ ਟੋਲ ਪਲਾਜ਼ਾ ਬੰਦ ਕੀਤਾ ਉਹ ਇਸ ਤਰ੍ਹਾਂ ਚੱਲ ਰਿਹਾ ਸੋ ਅਗਲੀ ਰਣਨੀਤੀ ਜਿਹੜੇ ਆ ਕਿਸਾਨ ਉਹ ਜਥੇਬੰਦੀਆਂ ਤੈਅ ਕਰ ਰਹੀਆਂ ਵੀ ਕੀ ਉਹਨਾਂ ਨੂੰ ਪਰ ਤੁਸੀਂ ਦੇਖ ਲਓ ਕਿ ਇਸ ਲਈ ਇੱਥੇ ਇਹ ਜੰਡਿਆਲੇ ਦਾ ਟੋਲ ਪਲਾਜ਼ਾ ਔਰ ਉਹਨਾਂ ਦੀ ਮੀਟਿੰਗ ਜਿਹੜੀ ਹੈ ਉਹ ਚੱਲ ਰਹੀ ਹੈ ਉਹਨਾਂ ਨੂੰ ਜਿਹੜਾ ਸਾਥ ਹੈ ਕਿਸਾਨਾਂ ਨੂੰ ਆਸ ਪਾਸ ਦੇ ਨੌਜਵਾਨੀ ਜਿਹੜੇ ਪਿੰਡਾਂ ਦੇ ਨੌਜਵਾਨ ਨੇ ਉਹਨਾਂ ਦਾ ਮਿਲ ਰਿਹਾ ਸੋ ਗੁੱਡ ਲੱਕ ਹੈ ਜਿਨ੍ਹਾਂ ਨੂੰ ਇਹ ਟੋਲ ਟੈਕਸ ਨਹੀਂ ਭਰਨੇ ਪੈ ਰਹੇ ਕਿਉਂਕਿ ਬਹੁਤ ਸਾਰੇ ਆਮ ਬੰਦੇ ਦਾ ਹਮੇਸ਼ਾ ਹੀ ਗੁੱਸਾ ਰਹਿੰਦਾ ਇਹਨਾਂ ਟੋਲ ਟੈਕਸਾਂ ਦੇ ਉੱਪਰ ਜਦੋਂ ਉਹਨਾਂ ਨੂੰ ਬਹੁਤ ਭਾਰੀ ਟੋਲ ਟੈਕਸ ਭਰਨੇ ਪੈਂਦੇ ਆ ਔਰ ਟੁੱਟੀਆਂ ਸੜਕਾਂ ਤੋਂ ਲੰਘਣਾ ਪੈਂਦਾ ਕਈ ਵਾਰੀ ਸੋ ਆਹ ਤੁਸੀਂ ਦੇਖ ਸਕਦੇ ਹੋ ਕਿ ਟਰੱਕਾਂ ਦੇ ਟਰੱਕ ਜਿਹੜੇ ਆ ਉਹ ਨਿਕਲ ਰਹੇ ਨੇ ਬੱਸਾਂ ਕਾਰਾਂ ਟਰੱਕ ਗੱਡੀਆਂ ਸਭ ਤਰ੍ਹਾਂ ਦੀਆਂ ਅਤੇ ਕਿਸਾਨ ਜਥੇਬੰਦੀਆਂ ਟਰੈਕਟਰਾਂ ਦੇ ਉੱਪਰ ਇਸ ਲਈ ਨਜ਼ਾਰਾ ਜੀ ਜੰਡਿਆਲਾ ਟੋਲ ਪਲਾਜ਼ਾ ਦਾ ਤੜਾ ਤੜ ਦੇਖੋ ਕਿ ਆ ਦੇਖੋ ਸਾਹਮਣੇ ਤੜਾ ਤੜ ਗੱਡੀਆਂ ਜਿਹੜੀਆਂ ਇੱਥੋਂ ਨਿਕਲ ਰਹੀਆਂ ਬਿਨਾਂ ਕੋਈ ਟੋਲ ਕਟਾਏ ਸੋ ਇਹ ਅਗਲੀ ਰਣਨੀਤੀ ਤਿਆਰ ਕਰਨ ਵਾਸਤੇ ਮੀਟਿੰਗ ਕਿਸਾਨ ਜਥੇਬੰਦੀਆਂ ਦੀ ਸ਼ੁਰੂ ਹੋ ਗਈ ਹੈ ਚਾਹੇ ਜਦੋਂ ਦਾ ਇਹ ਟੋਲ ਪਲਾਜ਼ਾ ਸ਼ੁਰੂ ਹੋਏ ਨੇ ਖਾਸ ਕਰਕੇ ਜੰਡਿਆਲੇ ਦਾ ਟੋਲ ਪਲਾਜ਼ਾ ਕਦੀ ਸੁਣਿਆ ਨਹੀਂ ਅਤੇ ਟੋਲ ਪਲਾਜ਼ਾ ਜਿਹੜਾ ਬੰਦ ਹੋਇਆ ਹੋਵੇ ਉਹ ਬਾਜੀ ਮਿੰਟ ਖਲੋਵੋ ਕੀ ਕਹਿੰਦੇ ਹੋ ਖੁਸ਼ ਹੋ ਤੁਸੀਂ ਬਾਜੀ ਬਿਲਕੁਲ ਖੁਸ਼ ਹਾਂ ਜੀ ਕਿਸਾਨ ਭਰਾਵਾਂ ਦੇ ਹੱਕ ਦੇ ਵਿੱਚ ਅਸੀਂ ਜੋ ਇਹ ਕਰਦੇ ਪਏ ਬਹੁਤ ਵਧੀਆ ਕਰਦੇ ਪਏ ਆ ਅਸੀਂ ਫੁੱਲ ਸਪੋਰਟ ਕਰਦੇ ਹਾਂ ਜੀ ਇਹਨਾਂ ਨੂੰ ਇਹਨਾਂ ਦੇ ਨਾਲ ਖੜਦੇ ਹਾਂ ਤੱਕ ਨਾ ਕੱਟਣਗੇ ਹੁਣ ਬਸ ਠੀਕ ਹੈ ਸਰ ਠੀਕ ਹੈ ਬਹੁਤ ਵਧੀਆ ਜੀ ਸਾਰਿਆਂ ਨੂੰ ਮੇਰੇ ਵੱਲੋਂ ਬੈਸਟ ਆਫ ਲੱਕ ਬਹੁਤ ਵਧੀਆ ਕਰ ਰਹੇ ਪ੍ਰੋਟੈਸਟ ਕਰ ਅਸੀਂ ਤੁਹਾਡੇ ਨਾਲ ਆ ਉੱਥੇ ਥੋੜ੍ਹਾ ਗਾੜੀ ਹੋਵੇ ਥੋੜ੍ਹਾ ਬੰਕ ਕੋਈ ਨਹੀਂ ਗਾੜੀ ਨਹੀਂ ਨਹੀਂ ਮਗਰ ਜਾ ਰਹੇ ਨਾ ਉਹ ਗਾੜੀ ਕੀ ਕਹਿਣਾ ਚਾਹੋਗੇ ਟੋਲ ਨਹੀਂ ਲੱਗ ਰਿਹਾ ਖੁਸ਼ ਹੋ ਜੈਸੀ ਸਾਰੇ ਸਭ ਕੀ ਜਿਹੀ ਇੱਛਾ ਹੋ ਗਈ ਵੈਸਾ ਹੀ ਸਹੀ ਸੋ ਇਹ ਤੁਹਾਨੂੰ ਲੋਕਾਂ ਨਾਲ
ਲੋਕਾਂ ਨਾਲ ਗੱਲ ਕਰਾ ਰਹੇ ਹਾਂ ਅਤੇ ਟੈਕਸੀਆਂ ਵਾਲੇ ਦੇਖੋ ਤੁਹਾਡੇ ਸਾਹਮਣੇ ਭੰਗੜੇ ਪਾਉਂਦੇ ਜਾ ਰਹੇ ਨੇ ਇਹਨਾਂ ਟੋਲ ਪਲਾਜ਼ਿਆਂ ਤੋਂ। ਟੈਕਸੀਆਂ ਵਾਲੇ ਜਿਹੜੇ ਨੇ ਉਹ ਬਾਹਾਂ ਖੜੀਆਂ ਕਰਕੇ ਜਿਹੜਾ ਖੁਸ਼ੀ ਮਨਾਉਂਦੇ ਜਾ ਰਹੇ ਨੇ। ਸੋ ਤੁਹਾਡਾ ਕਿਉਂਕਿ ਕਾਫੀ ਸਾਰੇ ਕਿਸਾਨਾਂ ਨਾਲ ਅਸੀਂ ਤੁਹਾਡੀ ਗੱਲ ਕਰਾਈ ਹੈ, ਸੋ ਹਰ ਇੱਕ ਦਾ ਇਹੀ ਕਹਿਣਾ ਕਿ ਜਦ ਤੱਕ ਇਹ ਆਰਡੀਨੈਂਸ ਜਿਹੜੇ ਨੇ ਅਸਲ 'ਚ ਆਰਡੀਨੈਂਸ ਕਿਉਂ ਖਤਰਨਾਕ ਨੇ ਕਿਸਾਨਾਂ ਲਈ ਇਹ ਤਕਰੀਬਨ ਤੁਸੀਂ ਸਾਰਿਆਂ ਨੇ ਸੁਣ ਹੀ ਲਿਆ, ਕਾਫੀ ਸਾਰੀਆਂ ਵੀਡੀਓਜ਼ ਦੇ ਵਿੱਚ ਤੁਸੀਂ ਇਹ ਸੁਣ ਲਿਆ ਵੀ ਕਿਉਂ ਇਹ ਆਰਡੀਨੈਂਸਾਂ ਦਾ ਜਿਹੜਾ ਵਿਰੋਧ ਹੋ ਰਿਹਾ। ਇਹਦੇ ਬਾਰੇ ਹੋਰ ਕੋਈ ਇੰਨੀ ਜ਼ਿਆਦਾ ਦੱਸਣ ਦੀ ਲੋੜ ਨਹੀਂ, ਪਰ ਅਸੀਂ ਤੁਹਾਨੂੰ ਇਹ ਜ਼ਰੂਰ ਵਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਇਹ ਜਿਹੜਾ ਹਰ ਵੇਲੇ ਪਰਚੀਆਂ ਕੱਟਣ ਵਾਲਾ ਜਿਹੜਾ ਟੋਲ ਪਲਾਜ਼ਾ ਹੈ ਉਹ ਇਸ ਵੇਲੇ ਬੰਦ ਹੈ, ਔਰ ਦੋਨੋਂ ਪਾਸਿਓਂ ਜਿਹੜੀ ਲਾਈਨ ਹੈ ਉਹ ਲੱਗੀ ਹੋਈ ਹੈ ਗੱਡੀਆਂ ਲੰਘਣ ਦੀ ਫ੍ਰੀ। ਸੋ ਕੁਛ ਨਾਅਰੇਬਾਜ਼ੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਸੋ ਆਮ ਕਰਕੇ ਜਦੋਂ ਕੋਈ ਪਰਚੀ ਨਾ ਕੱਟੀ ਜਾਵੇ ਤਾਂ ਗੱਲ ਪੈਣ ਵਾਲੇ ਜਿਹੜੇ ਆ ਟੋਲ ਪਲਾਜ਼ਾ ਦੇ ਜਿਹੜੇ ਮੁਲਾਜ਼ਮ ਨੇ ਉਹ ਇੱਕ ਸਾਈਡ 'ਤੇ ਅੱਜ ਖੜ੍ਹੇ ਨੇ। ਆਮ ਤਕਰੀਬਨ ਜਦੋਂ ਕੋਈ ਬੰਦਾ ਗੱਲ ਕਰਦਾ ਇੱਥੇ ਟੋਲ ਪਲਾਜ਼ਿਆਂ ਦੇ ਆ ਕੇ ਤਾਂ ਸਭ ਨੂੰ ਪਤਾ ਕਿ ਕਿਸ ਤਰ੍ਹਾਂ ਉਹਨਾਂ 'ਤੇ ਗੱਲ ਪੈਂਦੀ ਹੈ, ਸਿਕਿਉਰਿਟੀ ਇਹਨਾਂ ਦੀ ਗੁੰਡਾਗਰਦੀ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਇੱਥੇ। ਬਟ ਅੱਜ ਕਿਸਾਨਾਂ ਨੇ ਇਹਨਾਂ ਦੀ ਗੁੰਡਾਗਰਦੀ ਜਿਹੜੀ ਹੈ ਬੰਦ ਕਰਾ ਕੇ ਅਤੇ ਇੱਥੇ ਨਾਕੇ ਲਾਏ ਨੇ, ਔਰ ਇਹ ਟੋਲ ਪਲਾਜ਼ੇ ਜਿਹੜੇ ਪਹਿਲਾਂ ਲਗਾਏ ਗਏ ਸੀ ਉਹ ਕੁਝ ਸਾਲਾਂ ਲਈ ਲਗਾਏ ਗਏ ਸੀ ਜਦੋਂ ਸੜਕਾਂ ਬਣੀਆਂ ਸੀ, ਪਰ ਹੁਣ ਇਹ ਪੱਕੇ ਜਿਹੜੇ ਇੱਥੇ ਟੋਲ। ਹਾਂਜੀ ਬਾਬਾ ਜੀ, ਕਿੰਨੀ ਦੇਰ ਲੰਮਾ ਕੰਮ ਚੱਲਣਾ ਇਹ? ਜਿੰਨਾ ਚਿਰ ਕੋਈ ਫੈਸਲਾ ਨਹੀਂ ਹੁੰਦਾ ਉਨਾ ਚਿਰ ਚੱਲੂਗਾ, ਉਨਾ ਚਿਰ ਬੰਦ ਹੀ ਰਹੂਗਾ। ਤੁਹਾਡੀਆਂ ਗੱਲਾਂ ਤੋਂ ਤਾਂ ਲੱਗ ਰਿਹਾ ਵੀ ਲੰਮਾ ਹੀ ਕੰਮ ਚੱਲੇਗਾ, ਤੁਸੀਂ ਜਿਹੜੀਆਂ ਪੰਕਤੀਆਂ ਯੂਜ਼ ਕਰ ਰਹੇ ਹੋ ਲੱਗਦਾ ਵੀ ਲੰਮੇ ਇਰਾਦੇ ਕਰਕੇ ਆ ਜਾਓ। ਮੈਂ ਵੀ ਭੁੱਖੇ ਭਗਤਾਂ ਕੀ ਜੇ ਮਾਲਾ ਆਪਣੇ ਲਈ ਰਾਸ਼ਨ ਪਾਣੀ ਛਕਣਾ ਪੈਣਾ। ਸੋ ਕੀ ਬਣਿਆ ਜੀ ਅਗਲਾ ਪ੍ਰੋਗਰਾਮ ਪ੍ਰਧਾਨ ਸਾਹਿਬ? ਅਜੇ ਅਗਲਾ ਪ੍ਰੋਗਰਾਮ ਚਲਾਵਾਂਗੇ ਜੀ। ਹਾਂ ਅਸੀਂ ਚਲਾਵਾਂਗੇ ਇਹਨੂੰ, ਕੁਛ ਬੰਦੇ ਸਾਡੇ ਗਏ ਆ ਪਿੱਛੇ, ਉਹ ਆ ਰਹੇ ਆ। ਅਸੀਂ ਮਿੱਤਾਂ ਨੂੰ ਦੱਸਿਆ ਵੀ ਉਹ 10 ਮਿੰਟ ਤਾਂ ਹੀ ਆ ਜਾਂਦੇ, 15 ਮਿੰਟ 'ਤੇ ਪਹੁੰਚਦੇ, ਅਸੀਂ ਅਗਲਾ ਪ੍ਰੋਗਰਾਮ ਹਾਲ ਹੀ ਬੈਠੇ ਹਾਂ ਜੀ। ਹਾਂ ਕਿੰਨਾ ਚਿਰ ਚੱਲਦਾ ਵਾ ਇਹ ਤੈਅ ਕਰ ਲਈਏ। ਚਲੋ ਠੀਕ ਹੈ ਜੀ, ਲਾ ਦਿਓ ਜਗਾਰਾ ਫਿਰ। ਤੁਸੀਂ ਜੋਸ਼ ਵੇਖ ਰਹੇ ਹੋ ਕਿਸਾਨਾਂ ਦਾ ਇਸ ਵੇਲੇ, ਜਿਹੜੇ ਬਹਿ ਗਏ ਨੇ ਪੱਕੇ ਇੱਥੇ ਡੇਰੇ ਲਗਾ ਕੇ, ਅਤੇ ਇਹਨਾਂ ਦੇ ਜਿਹੜਾ ਦਿਸ ਰਿਹਾ ਕਿ ਇਹ ਕੰਮ ਚੰਗਾ ਚੱਲੇਗਾ। ਪਰ ਇੱਕ ਸਾਨੂੰ ਪ੍ਰਧਾਨ ਸਾਹਿਬ ਇੱਕ ਗੱਲ ਕਲੀਅਰ ਕਰੋ ਕਿ ਤੁਸੀਂ ਟੋਲ ਪਲਾਜ਼ੇ ਹੀ ਕਿਉਂ ਚੁਣੇ ਆ? ਬਹੁਤ ਸਾਰੇ ਲੋਕਾਂ ਦਾ ਸਵਾਲ ਆ ਵੀ ਟੋਲ ਪਲਾਜ਼ੇ ਚੁਣਨ ਦਾ ਕੀ ਮਕਸਦ ਕੀ ਹੈ? ਦੇਖੋ, ਟੋਲ ਪਲਾਜ਼ਿਆਂ 'ਤੇ ਵੱਡੀ ਲੁੱਟ ਹੋ ਰਹੀ ਆ ਲੋਕਾਂ ਦੀ। ਜਦੋਂ ਸਰਕਾਰ ਨੂੰ ਅਸੀਂ ਰੋਡ ਟੈਕਸ ਦੇ ਰਹੇ ਹਾਂ ਅਤੇ ਫਿਰ ਟੋਲ ਟੈਕਸ ਦਾ ਮਤਲਬ ਕੀ ਹੋਇਆ? ਇਹ ਦੋਹਰੀ ਜਿਹੜੀ ਆ ਲੁੱਟ ਕੀਤੀ ਜਾ ਰਹੀ ਆ ਲੋਕਾਂ ਨੂੰ।
ਇਹੀ ਜਿਹੜੀ ਆ ਸੈਂਟਰ ਸਰਕਾਰ ਆ ਜਿਹੜੇ ਅਬਾਨੀਆਂ ਅਤੇ ਅਡਾਨੀਆਂ ਨੂੰ ਲੁੱਟ ਕਰਾਉਣ ਦੀ ਖੁੱਲ ਦੇ ਰਹੀ ਆ। ਇਹ ਉਹਦੇ ਇੱਕ ਵਿਰੋਧ ਦੀ ਕੜੀ ਦੇ ਤਹਿਤ ਜਿਹੜਾ ਅਸੀਂ ਟੋਲ ਪਲਾਜੇ ਔਰ ਅਰਲਾਇੰਸ ਦੇ ਪੰਪ ਆ, ਅਸੀਂ ਸਾਰੇ ਪੰਪ ਨਹੀਂ ਰੋਕੇ, ਸਿਰਫ ਅਰਲਾਇੰਸ ਦੇ ਪੰਪ ਰੋਕੇ ਆ, ਕਿਉਂਕਿ ਅਬਾਨੀਆਂ ਅਡਾਨੀਆਂ ਨੂੰ ਪਤਾ ਲੱਗਦਾ ਵੀ ਪੰਜਾਬ ਦੇ ਵਿੱਚ ਜੇ ਪੈਰ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਜੁੱਤੀ ਲਵਾ ਕੇ ਵਾਪਸ ਭੇਜਾਂਗੇ ਬੰਬੇ ਵੱਲ ਨੂੰ, ਨਹੀਂ ਪੈਣ ਦੇਵਾਂਗੇ ਆ ਪੰਜਾਬ ਦੀ ਕਿਸੇ ਵੀ ਜ਼ਮੀਨ 'ਤੇ। ਇਹ ਵਿਰੋਧ ਦੇ ਤੌਰ 'ਤੇ, ਦੱਸਣ ਦੇ ਤੌਰ 'ਤੇ ਅਸੀਂ ਬੈਠੇ ਹਾਂ। ਇੱਕ ਪ੍ਰਧਾਨ ਸਾਹਿਬ ਗੱਲ ਹੋਰ ਹੈ, ਬਹੁਤ ਸਾਰੇ ਲੋਕਾਂ ਦਾ ਸਵਾਲ ਹੈ ਕਿ ਇੱਥੇ ਇਹ ਚੀਜ਼ ਕਰਕੇ ਕੀ ਮਿਲ ਜਾਏਗਾ, ਦਿੱਲੀ ਜਾਣਾ ਪੈਣਾ ਇਹਦੇ ਲਈ ਤਾਂ। ਦੇਖੋ ਦਿੱਲੀ ਇੱਥੇ ਆਊਗੀ, ਅਸੀਂ ਦਿੱਲੀ ਕਿਉਂ ਜਾਣਾ ਵਾ, ਜੇ ਦਿੱਲੀ ਵਾਲੇ ਵੋਟਾਂ ਲੈਣ ਪਿੰਡਾਂ 'ਚ ਆ ਸਕਦੇ ਆ, ਇਹ ਪਿੰਡਾਂ 'ਚੋਂ ਜਿੱਤ ਕੇ ਗਏ ਆ, ਇਹ ਵਾਪਸ ਆਉਣਗੇ, ਇਹ ਸਾਡੇ ਪਿੰਡਾਂ 'ਚ ਆਉਣਗੇ, ਅਸੀਂ ਦਿੱਲੀ ਨਹੀਂ ਜਾਣਾ, ਦਿੱਲੀ ਵਾਲੇ ਸਾਡੇ ਕੋਲ ਆਉਣਗੇ। ਸੋ ਇਹ ਕੀ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਕਿਸਾਨ ਜਥੇਬੰਦੀਆਂ ਕਿ ਦਿੱਲੀ ਨਹੀਂ ਜਾਣਗੀਆਂ, ਇੱਥੇ ਪੰਜਾਬ 'ਚ ਬਹਿ ਕੇ ਗੱਲ ਹੋਏਗੀ? ਇਹ ਫਾਈਨਲੀ ਮੈਂ ਕਹਿ ਸਕਦਾ ਕਿਉਂਕਿ 15 ਤਰੀਕ ਦੀ ਮੀਟਿੰਗ ਆ, ਪਰ ਜੋ ਸਾਡਾ ਸਾਡੀ ਜਿਹੜੀ ਆ ਨੀਤੀ ਆ, ਜੋ ਸਾਡਾ ਵਾ, ਸਾਡਾ ਨਹੀਂ, ਅਸੀਂ ਨਹੀਂ ਦਿੱਲੀ ਜਾਵਾਂਗੇ, ਦਿੱਲੀ ਸਾਨੂੰ ਖੁਦ ਲਈ ਇੱਥੇ ਸੱਦੂਗੀ, ਭਾਵੇਂ ਗੱਲਬਾਤ ਰਾਹੀਂ ਸੱਦੇ, ਫਿਰ ਅਸੀਂ ਉੱਥੇ ਕੜੀ ਅਗਲਾ ਫੈਸਲਾ ਕਰਾਂਗੇ। ਚਲੋ ਠੀਕ ਹੈ ਜੀ। ਸੋ ਇਹ ਤੁਸੀਂ ਸੁਣ ਰਹੇ ਸੀ ਇੱਥੋਂ ਦੇ ਕਿਸਾਨ ਜਥੇਬੰਦੀ ਜਿਹੜੇ ਪ੍ਰਧਾਨ ਸਾਹਿਬ ਨੇ ਦੱਸ ਰਹੇ ਨੇ ਕਿ ਐਤਕੀ ਅਸੀਂ ਦਿੱਲੀ ਨੂੰ ਚਾਲੇ ਨਹੀਂ ਪਾਉਣੇ, ਦਿੱਲੀ ਸਾਡੇ ਕੋਲ ਆਏਗੀ, ਅਸੀਂ ਬਥੇਰਾ ਦਿੱਲੀ ਜਾ ਕੇ ਦੇਖ ਲਿਆ, ਦਿੱਲੀ ਨੇ ਹਮੇਸ਼ਾ ਸਾਨੂੰ ਧੋਖਾ ਦਿੱਤਾ, ਦਿੱਲੀ ਤੋਂ ਕੁਝ ਮਿਲਿਆ ਨਹੀਂ, ਸੋ ਐਤਕੀ ਦਿੱਲੀ ਨੂੰ ਪੰਜਾਬ ਲਾ ਕੇ ਜੇ ਵੋਟਾਂ ਲੈਣ ਪੰਜਾਬ ਸਾਡੇ ਘਰਾਂ 'ਚ ਪਿੰਡਾਂ 'ਚ ਆ ਸਕਦੇ ਆ, ਅਤੇ ਕਿਉਂ ਨਹੀਂ ਐਤਕੀ ਸਾਡੀ ਗੱਲ ਸੁਣਨ ਵਾਸਤੇ ਪੰਜਾਬ ਵੀ ਆਉਣਗੇ। ਸੋ ਸਰਕਾਰ ਨੂੰ ਸੱਟ ਮਾਰਨ ਵਾਸਤੇ ਟੋਲ ਪਲਾਜ਼ਿਆਂ 'ਤੇ ਜਿਹੜਾ ਇਸ ਤਰ੍ਹਾਂ ਧਰਨਾ ਦਿੱਤਾ ਗਿਆ, ਬਾਕੀ ਆਰਡੀਨੈਂਸ ਕਿਹੜੇ ਪਾਸ ਹੋਏ ਨੇ, ਕਿਉਂ ਪਾਸ ਹੋਏ ਨੇ, ਉਹਦਾ ਘਾਟਾ ਕੀ, ਉਹਦਾ ਵਾਧਾ ਕੀ, ਉਹ ਤੁਸੀਂ ਬਹੁਤ ਸਾਰਾ ਸੁਣ ਚੁੱਕੇ ਹੋ, ਨੈੱਟ 'ਤੇ ਵੀ ਬਹੁਤ ਸਾਰਾ ਕੁਝ ਪਿਆ, ਮੋਟਾ ਮੋਟਾ ਸਾਨੂੰ ਕੋਈ ਬਹੁਤ ਸਾਰੇ ਲੋਕ ਕਿਉਂਕਿ ਨਵੇਂ ਨਵੇਂ ਜੁੜਦੇ ਨੇ ਪ੍ਰਧਾਨ ਸਾਹਿਬ, ਤੁਸੀਂ ਮੋਟੇ ਮੋਟੇ ਸਾਨੂੰ ਦੋ ਤਿੰਨ ਨੁਕਸਾਨ ਦੱਸ ਦਿਓ ਆਰਡੀਨੈਂਸਾਂ ਦੇ। ਆਰਡੀਨੈਂਸ ਦਾ ਵੇਖੋ ਜੀ, ਇਹ ਜਿਹੜੀ ਆ ਜਿਹੜੀ ਖੁੱਲ੍ਹ ਕਰ ਰਹੇ ਆ, ਖੁੱਲ੍ਹੀ ਮੰਡੀ ਕਰ ਰਹੇ ਆ, ਜਦੋਂ ਵੇਖੋ ਗੰਢਾ ਨਿਕਲਦਾ ਇੱਕ 50 ਪੈਸੇ ਨੂੰ ਕਿਲੋ, ਰੁਪਈਏ ਨੂੰ ਕਿਲੋ, ਜਦੋਂ ਵਪਾਰੀ ਕੋਲ ਚੱਲ ਜਾਂਦਾ ਉਹ 100 ਰੁਪਈਏ ਕਿਲੋ, 150 ਰੁਪਈਏ ਕਿਲੋ, 80 ਰੁਪਈਏ ਕਿਲੋ, ਜਿਹੜਾ ਕਣਕ ਅਤੇ ਝੋਨੇ ਦੇ ਉੱਤੇ ਸਰਕਾਰੀ MSP ਚੁੱਕੀ ਜਾਊ, ਸਰਕਾਰ ਆਪਣਾ ਕੰਟਰੋਲ ਚੁੱਕਣ ਜਾ ਰਹੀ ਆ, ਫਿਰ ਇਹ ਜਿਹੜੀ ਆ ਜਿੱਥੇ ਕਿਸਾਨਾਂ ਦੇ ਕੋਲੋਂ ਸਸਤਾ ਲਾ ਅਨਾਜ ਲੈ ਕੇ ਅਤੇ ਗਰੀਬਾਂ ਨੂੰ ਇਹ ਅਨਾਜ ਬੜੇ ਮਹਿੰਗੇ ਭਾਅ 'ਤੇ ਦਿੱਤੇ ਜਾਊਗਾ, ਇਹ ਵਪਾਰੀ ਆਪਣੀ ਮਨ ਮਰਜ਼ੀ ਕਰੂਗਾ, ਇਸ ਕਰਕੇ ਇਹ ਜਿਹੜਾ ਆਰਡੀਨੈਂਸ ਆ, ਇਹ ਜਿਹੜੇ ਕਾਨੂੰਨ ਆ, ਇਹ ਹਰ ਕਿਸੇ ਲਈ ਮਾਰੂ ਆ, ਇਹ ਗਰੀਬ ਲਈ, ਕਿਸਾਨ ਲਈ, ਦੁਕਾਨਦਾਰ ਲਈ, ਇਹ ਹਰ ਕਿਸੇ ਨੂੰ ਰਗੜਨ ਵਾਲੇ ਕਾਨੂੰਨ ਆ, ਇਹ ਕਾਨੂੰਨ ਜਿਹੜੇ ਆ ਅਸੀਂ ਬਰਦਾਸ਼ਤ ਨਹੀਂ ਕਰਦੇ, ਇਹ ਕਾਨੂੰਨ ਰੱਦ ਕੀਤੇ ਜਾਣ। ਪਰ ਬਹੁਤ ਸਾਰੇ ਨਾ ਲੋਕ ਵਿੱਚ ਕਹਿ ਰਹੇ ਨੇ, ਉਹਨਾਂ ਨੂੰ ਤੁਸੀਂ ਕੀ ਜਵਾਬ ਦੇਣਾ ਚਾਹੋਗੇ? ਉਹਨਾਂ ਦਾ ਕਹਿਣਾ ਕਿ ਬਹੁਤ ਸਾਰੇ ਕਿਸਾਨਾਂ ਨੇ ਕਾਨੂੰਨ ਪੜ੍ਹੇ ਹੀ ਨਹੀਂ, ਬਸ ਇੱਕ ਦੇ ਮਗਰ ਇੱਕ ਲੱਗੇ ਨੇ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਬਹੁਤ ਸਾਰੇ ਕਾਨੂੰਨ ਪੜ ਸਰਕਾਰ ਨੇ ਕਿਹੜੀਆਂ ਕਾਪੀਆਂ ਦਿੱਤੀਆਂ ਵਾ ਕਿਸਾਨਾਂ ਨੂੰ, ਵੀ ਕਾਪੀਆਂ ਛਪਾ ਕੇ ਦਿੱਤੀਆਂ ਵੀ ਪੜ੍ਹ ਲੈਣ, ਜਿਹੜੇ ਕੁਛ ਸਾਡੇ ਜਿਹੜੇ ਆ ਆਗੂ ਟੀਮ ਆ, ਜਿਹੜੇ ਸਾਡੇ ਪੜ੍ਹੇ ਲਿਖਾ ਨੌਜਵਾਨ ਆ, ਉਹਨਾਂ ਨੇ ਪੜ੍ਹੇ ਹੋਏ ਆ, ਇਹ ਆਰਡੀਨੈਂਸ ਇਹ ਮਾਰੂ ਨੀਤੀ ਦੇ ਤਹਿਤ ਆ, ਇਹ ਜਿਹੜੇ ਆ ਨੁਕਸਾਨ ਵਾਲੇ, ਇਹਦੇ 'ਚ ਕਿਸੇ ਵੀ ਬੰਦੇ ਕੋਈ ਫਾਇਦਾ ਨਹੀਂ, ਇਹ ਨੁਕਸਾਨ ਕਰਨਗੇ। ਤੁਸੀਂ ਦੱਸੋ ਜੀ ਕੋਈ ਹੋਰ, ਇਹਦੇ ਤਿੰਨ ਤੁਸੀਂ ਹੁਣੇ ਗੱਲ ਕਹੀ ਸੀ ਵੀ ਇਹ ਕਿਸਾਨਾਂ ਦਾ ਕੋਈ ਮਤਲਬ ਕਿਸੇ ਨੂੰ ਸਾਈਡ ਇਫੈਕਟ ਨਹੀਂ ਹੈਗਾ, ਬਿਲਕੁਲ ਹੈਗਾ ਜੀ। ਪਹਿਲਾਂ ਨਾ ਜਿਹੜਾ ਗੰਨਾ ਵਿਕ ਰਿਹਾ, ਗੰਨਾ ਇਹ ਲਗਭਗ ਬਹੁਤੇ ਪ੍ਰਾਈਵੇਟ ਮਿੱਲਾਂ ਵਾਲੇ ਗੰਨਾ ਖਰੀਦ ਰਹੇ ਆ, ਜਿਹਦਾ 1000 ਕਰੋੜ ਰੁਪਈਆ ਕਿਸਾਨਾਂ ਦਾ ਅੱਜ ਵੀ ਗੰਨਾ ਮਿੱਲਾਂ ਵੱਲ ਬਕਾਇਆ ਪਿਆ ਵਾ, ਅਤੇ ਕਿਸਾਨ ਤਰਲੇ ਮਾਰਨ ਡਿਆ ਵੀ ਸਾਡਾ ਉਹ ਬਕਾਇਆ ਮਿਲ ਜਾਵੇ, ਪਰ ਕੋਈ ਵੀ ਪ੍ਰਾਈਵੇਟ ਬੰਦਾ ਉਹ ਪੈਸੇ ਦੇਣ ਨੂੰ ਤਿਆਰ ਨਹੀਂ, ਉਹਨਾਂ ਨੇ ਉਹ ਪੈਸੇ ਨੱਪ ਕੇ ਬੈਠੇ ਆ। ਜਿੱਥੇ ਤੁਸੀਂ ਬੈਠੇ ਰਹੇ ਕਿ ਇੱਥੇ ਨਿੱਜਰ ਟਮਾਟਰ ਫੈਕਟਰੀ ਸੀ, ਉਹਨਾਂ ਨੇ ਕਿਸਾਨਾਂ ਕੋਲੋਂ ਪ੍ਰਾਈਵੇਟ ਸਿਸਟਮ ਦੇ ਬਾਉਂਡ ਕਰਕੇ ਟਮਾਟਰ ਬਚਾ ਲਿਆ, ਬਾਹਰ ਜੋ ਟਮਾਟਰ ਮੇਰੇ ਖਿਆਲ ਕੁੱਤਿਆਂ ਗਵਾਉਣੀ ਹੋਇਆ, ਨਾ ਦੇ ਉਹ ਕੰਪਨੀ ਨੇ ਚੁੱਕਿਆ, ਜੇ ਕਿਤੇ ਇੱਥੇ ਵੇਚ ਦਿੱਤਾ ਉਹਦੇ ਪੈਸੇ ਨਹੀਂ ਮਿਲੇ, ਆਖਰ ਉਹ ਕੰਪਨੀ ਵਾਲਾ ਪਤਾ ਨਹੀਂ ਕਿ ਲੋਨ ਨਾ ਕਰਾਇਆ ਸੀ ਉਹਨੇ, ਉਹ ਸਭ ਕੁਝ ਲੁੱਟ ਪੁੱਟ ਕੇ ਤੋਂ ਨਿਕਲ ਗਿਆ, ਉਹ ਅੱਜ ਤੱਕ ਨਹੀਂ ਲੱਭਾ।
ਹੁਣ ਸਰਕਾਰ ਕੋਈ ਸਰਕਾਰ ਸਿਸਟਮ ਚਲਾਉਂਦੀ ਆ ਉਹਦਾ ਕੋਈ ਆਪਾਂ ਉਹਦੀ ਪੁੱਛ ਪੜਤਾਲ ਕਰ ਸਕਦੇ ਹਾਂ। ਦੂਸਰੀ ਇੱਕ ਬੇਨਤੀ ਹੋ ਰਿਹਾ ਵੀ ਜਿਹੜੇ ਆਰਡੀਨੈਂਸ ਲੈ ਕੇ ਆਏ ਉਹਨਾਂ 'ਚ ਇੱਕ ਮੱਦ ਪਾਈ ਗਈ ਆ ਵੀ ਤੁਹਾਨੂੰ ਕੱਲ੍ਹ ਨੂੰ ਕੋਈ ਡਿਸਪਿਊਟ ਪੈ ਜਾਂਦਾ ਵਾ ਜਿਹੜੇ ਇਹਨਾਂ ਨਾਲ ਕਿਸਾਨ ਜਿਹੜੇ ਤੁਹਾਡੇ ਨਾਲ ਡੀਲ ਕਰਦੇ ਆ ਜਿਹੜੇ ਪ੍ਰਾਈਵੇਟ ਮੰਨ ਲਓ ਜਿਨ੍ਹਾਂ ਨੇ ਜ਼ਮੀਨ ਤੁਹਾਡੀ ਲੈਣੀ ਆ ਲੀਜ 'ਤੇ ਲੈਣੀ ਆ ਜਾਂ ਫਸਲ ਖਰੀਦਣੀ ਆ ਉਹਦਾ ਤੁਸੀਂ ਸਿਵਲ ਕੋਰਟ 'ਚ ਕੇਸ ਹੀ ਨਹੀਂ ਪਾ ਸਕਦੇ। ਫਿਰ ਹੈਰਾਨਗੀ ਦੀ ਗੱਲ ਹੈ ਫਿਰ ਪੱਕਾ ਇਹਦੇ ਵਿੱਚ ਕੋਈ ਨਾ ਕੋਈ ਤਾਂ ਕੋਈ ਘੁੰਡੀ ਰੱਖੀ ਇਹਨਾਂ ਨੇ ਵੀ ਕਿਸਾਨ ਨਾਲ ਜ਼ਮੀਨ ਦਾ ਕੋਈ ਸੌਦਾ ਕਰ ਲਓ ਜਾਂ ਰੇਟ ਕੋਈ ਤੈਅ ਕਰ ਲਓ ਤਾਂ ਉਹਦੀ ਲੁੱਟ ਖਸੁੱਟ ਕਰਕੇ ਜੇ ਅਸੀਂ ਜਿਹੜੇ ਐਸ ਡੀ ਐਮ ਹੁੰਦੇ ਉਹਨਾਂ 'ਚ ਇਹ ਗੱਲ ਲਿਖੀ ਆ ਵੀ ਤੁਸੀਂ ਆਪਣੀ ਸੁਣਵਾਈ ਐਸ ਡੀ ਐਮ ਜਾਂ ਥਾਣੇਦਾਰ ਜਾਂ ਤਹਿਸੀਲਦਾਰ ਜਾਂ ਐਸ ਐਸ ਬੀ ਦੇ ਕੋਲ ਦਰਖਾਸਤ ਦੇ ਸਕਦੇ ਜੋ ਬਹੁਤਾ ਸਿਵਲ ਪੁਲਿਸ ਪ੍ਰਸ਼ਾਸਨ ਆ ਜਾਂ ਐਸ ਡੀ ਐਮ ਆ ਇਹ ਬਹੁਤੇ ਜਿਹੜੇ ਫੈਸਲੇ ਕਰਦੇ ਆ ਜਿਹੜੇ ਉਸ ਸਮੇਂ ਦੇ ਜਿਹੜੇ ਪ੍ਰਸ਼ਾਸਨ ਹੁੰਦੇ ਆ ਐਮ ਐਲ ਏ ਐਮ ਪੀ ਹੁੰਦੇ ਆ ਉਹਨਾਂ ਦੇ ਅਧੀਨ ਹੀ ਫੈਸਲੇ ਹੁੰਦੇ ਆ। ਆਪਾਂ ਉੱਥੇ ਇਹ ਗੱਲ ਨਹੀਂ ਕਰ ਸਕਦੇ ਵੀ ਇਹ ਸਾਡੀ ਸੁਣਵਾਈ ਕਰਨਗੇ। ਸਿਵਲ ਕੋਰਟ 'ਚ ਕਿਸੇ ਨੂੰ ਨਿਆਂ ਮਿਲਣ ਦਾ ਥੋੜ੍ਹਾ ਬਹੁਤ ਆਪਾਂ ਆਸ ਲਾ ਸਕਦੇ ਫਿਰ ਨਿਆਂ ਮਿਲ ਸਕਦਾ ਵਾ, ਪਰ ਜਿਹੜੀਆਂ ਪ੍ਰਾਈਵੇਟ ਜਿਹੜੀਆਂ ਅਦਾਲਤਾਂ ਜਿਹੜੀਆਂ ਛੋਟੀਆਂ ਅਦਾਲਤਾਂ ਸਾਰੀਆਂ ਲਗਭਗ ਆਮ ਕਾਰਪੋਰੇਟ ਦੇ ਜਿਹੜੇ ਘਰਾਨੇ ਆ ਉਹਨਾਂ ਦੇ ਥੱਲੇ ਹੀ ਕੰਮ ਕਰਦੀਆਂ ਵਾ, ਸਰਮਾਏਦਾਰ ਦੀ ਇਹ ਗੱਲ ਸੁਣਦੀਆਂ ਵਾ। ਮਾੜਾ ਬੰਦਾ ਦੇ ਇੱਕ ਐਪਲੀਕੇਸ਼ਨ ਸੈਨ ਕਰਾਉਣੀ ਤਹਿਸੀਲਦਾਰ ਦੇ ਕੋਲੋਂ ਅਤੇ ਬਾਹਰ ਘੰਟਾ ਘੰਟਾ ਖਲੋਤਾ ਰਹਿੰਦਾ, ਉਹਦਾ ਪੀਅਰ ਹੀ ਨਹੀਂ ਕਿਸੇ ਬੰਨੇ ਲੱਗਣ ਦਿੰਦਾ ਵੀ ਉਹ ਸੈਨ ਕਰਵਾ ਲਵੇ। ਤਹਿਸੀਲਦਾਰ ਤੱਕ ਆਮ ਬੰਦੇ ਦੀ ਪਹੁੰਚ ਹੀ ਨਹੀਂ ਹੁੰਦੀ ਅਤੇ ਇਹਨਾਂ ਨੇ ਇਹ ਗੱਲ ਕਹਿ ਦਿੱਤੀ ਆ ਵੀ ਤੁਸੀਂ ਜਾ ਕੇ ਤਹਿਸੀਲਦਾਰ ਦੇ ਕੋਲੋਂ ਉਹਦਾ ਆਪਣਾ ਲੈ ਸਕਦੇ ਜੋ ਨਿਆਂ ਲੈ ਸਕਦੇ ਹੋ। ਸਾਨੂੰ ਕੋਈ ਇਹੋ ਜਿਹਾ ਜਾਪਦਾ ਨਹੀਂ ਵੀ ਕੋਈ ਤਹਿਸੀਲਦਾਰ ਜਾਂ ਐ ਡੀ ਐਮ ਸਾਨੂੰ ਨਿਆਂ ਦਊਗਾ, ਇਹ ਸਾਰੇ ਉੱਪਰੋਂ ਚਾਹੇ ਉਹ ਅਡਾਨੀ ਅਬਾਨੀ ਆ ਇਹ ਤਹਿਸੀਲਦਾਰਾਂ ਰਲੇ ਮਿਲੇ ਆ। ਬਹੁਤ ਪਹਿਲੀ ਗੱਲ ਇਹਨਾਂ ਦੇ ਨਿਆਣੇ ਨੂੰ ਲੱਗੇ ਤਹਿਸੀਲਦਾਰ, ਕਿਸਾਨ ਦਾ ਬੱਚਾ ਇੱਥੋਂ ਤੱਕ ਜਾਂਦਾ ਹੀ ਨਹੀਂ ਭਾਈ। ਹੁਣ ਇੱਕ ਵੀਰ ਬੋਲ ਕੇ ਗਿਆ ਸੀ ਕਿਸਾਨਾਂ ਦੇ ਬੱਚੇ ਕੋਈ ਫੌਜ 'ਚ ਭਰਤੀ ਹੋ ਜਾਂਦਾ, ਕੋਈ ਪੁਲਿਸ 'ਚ ਮਾੜਾ ਚੰਗਾ ਜਾਂ ਕਲਰਕ ਲੱਗ ਜੂਗਾ, ਤਹਿਸੀਲਦਾਰ ਐਸ ਡੀ ਐਮ ਬਣਦੇ ਨਹੀਂ ਵਿਚਾਰੀ, ਉਹ ਸੁਣਵਾਈ ਨਹੀਂ ਹੁੰਦੀ। ਆਪਾਂ ਜੇ ਕਹਿ ਲਈਏ ਵੀ ਇਹਨਾਂ ਕਾਨੂੰਨਾਂ ਬਿੱਲਾਂ ਬਿੱਲ ਕਰਕੇ ਕਿਸਾਨ ਨੂੰ ਫਾਇਦਾ ਹੋਊਗਾ, ਕੋਈ ਫਾਇਦਾ ਨਹੀਂ ਹੋਣਾ। ਇੱਕ ਨਾ ਕਈ ਵਾਰ ਵੀਰ ਗੱਲ ਕਰਦੇ ਆ ਵੀ ਆਰਡੀਨੈਂਸ ਜਿਹੜੇ ਆ ਇਹ ਸਾਡੇ ਹੱਕ 'ਚ ਆ, ਕਈ ਲੋਕ ਕਹਿ ਵੀ ਦਿੰਦੇ ਆ, ਪਰ ਜੇ ਆਪਾਂ 10 ਸਾਲ 5 ਸਾਲ ਕਿਸੇ ਇਹ 'ਚ ਕੋਈ ਤਿੰਨ ਬਿੱਲ ਆ, ਇੱਕ ਬਿੱਲ ਹੈਗਾ ਖੇਤੀ ਬਿੱਲ ਆ ਜਿਹਨੂੰ ਆਪਾਂ ਕਹਿੰਦੇ ਹਾਂ ਕੰਟਰੈਕਟ ਖੇਤੀ ਬਿੱਲ, ਇੱਕ ਮੰਡੀ ਬਿੱਲ ਆ, ਇੱਕ ਸਟਾਕ ਬਿੱਲ ਆ, ਤਿੰਨ ਬਿੱਲ ਲੈ ਕੇ ਆਉਂਦੇ ਆ। ਇਹ ਤਿੰਨੇ ਬਿੱਲ ਜਿੱਥੇ ਕਿਸਾਨਾਂ ਵਾਸਤੇ ਘਾਤਕ ਆ, ਆਮ ਜਨਤਾ ਵਾਸਤੇ ਵੀ ਘਾਤਕ ਆ। ਤੁਸੀਂ ਸਟਾਕ ਬਿੱਲ ਦੀ ਹੁਣੇ ਵੀਰ ਜੀ ਦਵਿੰਦਰ ਸਿੰਘ ਜੀ ਨੇ ਗੱਲ ਕੀਤੀ ਸੀ, ਕੋਈ ਬੰਦਾ ਵੀ ਸਟਾਕ ਕਰ ਸਕਦਾ ਵਾ। ਜਿਹੜੇ ਸਰਕਾਰ ਦੇ ਘਰ 'ਚ 20 ਰੁਪਏ ਕਿਲੋ ਕਣਕ ਜਾ ਕੇ 22-23 ਰੁਪਏ 24 ਰੁਪਏ ਆਪਾਂ ਨੂੰ ਆਟਾ ਮਿਲ ਜਾਂਦਾ, ਪਰ ਜਦੋਂ ਪ੍ਰਾਈਵੇਟ ਬੰਦੇ ਕੋਲ ਕਣਕ ਹੋਏਗੀ ਸਾਨੂੰ 20-22-25 ਰੁਪਏ ਆਟਾ ਨਹੀਂ ਮਿਲੂਗਾ। ਫਿਰ ਇਹਨਾਂ ਲੋਕਾਂ ਨੇ ਆ ਜਿਹੜੇ ਪ੍ਰਾਈਵੇਟ ਲੋਕ ਆ ਹੁਣ ਇੱਥੇ ਸਾਡੇ ਮੌਲ ਬੜੇ ਬੜੇ ਬਣੇ ਆ ਨਾ, ਉੱਥੇ ਜੋ ਕਾਰਡ ਤੋਂ ਬਗੈਰ ਆਮ ਬੰਦੇ ਨੂੰ ਵੜਨ ਨਹੀਂ ਦਿੰਦੇ। ਦੂਸਰੀ ਉਹ ਗੱਲ ਕਹਿੰਦੇ ਆ ਵੀ ਸਾਡੇ ਮੌਲ 'ਚ ਵੜਨਾ ਨੇ 2-3 ਹਜ਼ਾਰ ਦੀ ਘੱਟੋ ਘੱਟ ਸੇਲ ਕਰ, ਅਤੇ ਜਿਹੜੇ ਬੰਦੇ ਨੇ 200 ਰੁਪਇਆ ਦਿਹਾੜੀ ਕੀਤੀ ਵਿਚਾਰੇ ਨੇ ਅਤੇ ਉਹ 2000 ਸੌਦਾ ਕਿੱਥੋਂ ਖਰੀਦ ਲੂ ਮੌਲ 'ਚੋਂ? ਆਹ ਬੈਸਟ ਬਾਈ ਬਣਿਆ ਇੱਥੇ ਵਾਲਮਾਰਟ ਕੰਪਨੀ ਅਮੈਰੀਕਾ ਦੀ ਆ, ਇੱਥੋਂ ਹੀ ਸਮਾਨ ਖਰੀਦ ਕੇ ਸਾਨੂੰ ਇਹ ਗੱਲ ਕਹਿੰਦੇ ਆ ਵੀ ਮੇਰੀ ਦੁਕਾਨ 'ਤੇ ਵੜਨਾ ਨੇ 2000 ਤੋਂ ਘੱਟ ਤੈਨੂੰ ਸਮਾਨ ਨਹੀਂ ਦੇਣਾ। ਅਤੇ ਜਿਹੜਾ ਬੰਦਾ 200 ਕਮਾ ਕੇ ਆਊਗਾ, 50 ਰੁਪਏ 100 ਰੁਪਏ ਦਿਹਾੜੀ ਲੱਗੀ ਨਹੀਂ ਲੱਗੀ, ਉਹਨੂੰ ਆਟਾ ਕਿੱਥੋਂ ਮਿਲੂਗਾ? ਇਹਦਾ ਕਰਕੇ ਰਲ ਮਿਲ ਕੇ ਆਮ ਲੋਕਾਂ ਨੂੰ ਹੋਰ ਗਰੀਬ ਕਰਨਾ ਚਾਹੁੰਦੇ ਆ ਅਤੇ ਧਨਾੜ ਲੋਕਾਂ ਨੂੰ ਹੋਰ ਅਮੀਰ ਕਰਨਾ ਚਾਹੁੰਦੇ ਆ। ਇੱਕ ਨਾ ਚਾਨਕੀ ਦਾ ਇੱਕ ਬਹੁਤ ਵਧੀਆ ਮਤਲਬ ਉਹਦਾ ਕੰਸੈਪਟ ਦੱਸਿਆ ਉਹਨੇ ਚਾਨਕੀਆ ਨੀਤੀ ਅੰਦਰ ਆ ਵੀ ਜਿਸ ਰਾਜੇ ਨੇ ਲੰਬਾ ਸਮਾਂ ਰਾਜ ਕਰਨਾ ਨਾ, ਉਹਦੀ ਜਨਤਾ ਜਿੰਨੀ ਗਰੀਬ ਹੋਊਗੀ, ਜਿੰਨੀ ਅਨਪੜ੍ਹ ਹੋਊਗੀ ਨਾ, ਉਹ ਉਸ ਰਾਜੇ ਦਾ ਰਾਜ ਲੰਬਾ ਚੱਲਦਾ ਵਾ। ਜਿਸ ਦੇਸ਼ ਅੰਦਰ ਕੌਮ ਅੰਦਰ ਪੜ੍ਹੇ ਲਿਖੇ ਬੁੱਧੀਜੀਵ ਸਿਆਣੇ ਲੋਕ ਹੋਣਗੇ ਨਾ, ਉਹ ਸਵਾਲ ਜਵਾਬ ਕਰਨ ਵਾਲੇ ਹੋਣਗੇ ਨਾ, ਉੱਥੇ ਪਰ ਜਿਹੜਾ ਰਾਜ ਕਰਨ ਵਾਲਾ ਰਾਜਾ ਨਾ, ਉਹਨੂੰ ਪਿੱਸੂ ਪੈ ਜਾਂਦੇ ਵੀ ਸਵਾਲ ਕਿਉਂ ਕਰਦਾ ਵਾ। ਇਹ ਜਾਣ ਬੁੱਝ ਕੇ ਕਿ ਲੋਕ ਮਾਰੂ ਬਿੱਲ ਆ, ਕਿਸਾਨ ਮਾਰੂ ਬਿੱਲ ਆ, ਹਰ ਵਰਗ ਦੇ ਲੋਕਾਂ ਵਾਸਤੇ ਘੱਤ ਕੇ ਬਿੱਲ ਆ। ਅਤੇ ਸਾਨੂੰ ਮੈਂ ਕਹਿੰਦਾ ਜਿੱਥੇ ਕਿਸਾਨ ਵਿਰੋਧ ਕਰਦੇ ਆ, ਸਾਨੂੰ ਹਰ ਵਰਗ ਦੇ ਲੋਕ ਚਾਹੇ ਉਹ ਕਿਸੇ ਵੀ ਲੈਵਲ 'ਤੇ ਕੰਮ ਕਰਦੇ ਆ ਨਾ, ਉਹਨਾਂ ਨੂੰ ਇਸ ਦੇਸ਼ ਨੂੰ ਬਚਾਉਣ ਵਾਸਤੇ, ਇਸ ਪੰਜਾਬ ਦੀ ਧਰਤੀ ਨੂੰ ਬਚਾਉਣ ਵਾਸਤੇ ਜਾਂ ਦੇਸ਼ ਭਾਰਤ ਵਰਸ਼ ਦੀ ਧਰਤੀ ਨੂੰ ਬਚਾਉਣ ਵਾਸਤੇ, ਇੱਕ ਸਾਡੀ ਆਪਣੀ ਸੱਭਿਅਤਾ ਵਾ, ਸਭ ਕੁਝ ਪੈਸਾ ਨਹੀਂ ਹੁੰਦਾ। ਜੇ ਆਖੀ ਨਾ ਪੈਸੇ ਨਾਲ ਕਮਾਈ ਕਰਕੇ ਬੜੇ ਵੱਡੇ ਬਣ ਜਾਂਗੇ, ਪੈਸੇ ਨਾਲ ਦੁਆਰਾਂ ਵੱਡੀਆਂ ਹੋ ਸਕਦੀਆਂ ਵਾ ਲੋਕਾਂ ਅੰਦਰ,
ਸਾਡਾ ਮੇਲ ਮਿਲਾਪ ਤਾਂ ਘੱਟ ਸਕਦਾ ਵਾ ਪਰ ਪਿਆਰ ਨਹੀਂ ਜੋ ਬਣ ਸਕਦਾ। ਪਿਆਰ ਬਣਾਉਣ ਵਾਸਤੇ ਸਾਨੂੰ ਆਪਸੀ ਮਿਲਵਰਤਨ, ਆਪਸੀ ਏਕਤਾ ਅਤੇ ਸਾਡੇ ਅੰਦਰ ਇੱਕ ਵੱਖਰੀ ਚੀਜ਼ ਪੈਦਾ ਕਰਨ ਦੀ ਲੋੜ ਹੀ ਨਾ, ਸਾਨੂੰ ਬਿੱਲਾਂ ਬੁੱਲਾਂ ਦੀ ਲੋੜ ਨਹੀਂ ਆ। ਅਸੀਂ ਤਾਂ ਕਹਿੰਦੇ ਹਾਂ ਜਿੱਥੇ ਅਸੀਂ ਇਹ ਸੰਘਰਸ਼ ਕਰਦੇ ਹਾਂ ਉਹ ਸਾਰੇ ਰਲ ਕੇ ਸੰਘਰਸ਼ ਵਾਪਸ ਬਿੱਲ ਵਾਪਸ ਮੋੜੀਏ ਅਤੇ ਤਗੜੇ ਹੋ ਕੇ ਇਹਨਾਂ ਦਾ ਵਿਰੋਧ ਕਰੀਏ। ਇੰਨੀਆਂ ਕੁ ਬੇਨਤੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਦਾਬਾਦ ਕਿਸਾਨ ਯੂਨੀਅਨ, ਜਿੰਦਾਬਾਦ ਪਿੱਛੇ ਆਓ, ਜਿੰਦਾਬਾਦ ਕਿਸਾਨ ਯੂਨੀਅਨ, ਜਿੰਦਾਬਾਦ। ਇੱਕ ਪ੍ਰਧਾਨ ਸਾਹਿਬ ਹੋਰ ਕੁਐਸਚਨ ਹੈ, ਹਾਂਜੀ, ਕਿ ਸਿਰਫ ਇਹਦਾ ਪੰਜਾਬ ਤੇ ਹਰਿਆਣੇ 'ਚ ਕਿਉਂ ਜ਼ਿਆਦਾ ਵਿਰੋਧ ਹੋ ਰਿਹਾ? ਅਸਲ 'ਚ ਨਾ ਜਦੋਂ ਦੇਸ਼ ਆਜ਼ਾਦ ਹੁੰਦਾ, ਦੇਸ਼ ਆਜ਼ਾਦ ਹੁੰਦਾ ਅਤੇ ਉਸ ਤੋਂ ਬਾਅਦ ਜਦੋਂ ਲਾਲ ਬਹਾਦਰ ਸ਼ਾਸਤਰੀ ਜੀ ਪ੍ਰਧਾਨ ਮੰਤਰੀ ਬਣੇ ਆ ਨਾ, ਉਸ ਸਮੇਂ ਲਗਭਗ ਇੱਥੋਂ ਦੇ ਜਿਹੜੇ ਖਾਣ ਪੀਣ ਦੀਆਂ ਵਸਤਾਂ ਦੀ ਬਹੁਤ ਘਾਟ ਸੀ ਅਤੇ ਭੁੱਖਮਰੀ ਪੈਂਦੀ ਸੀ, ਕਾਲ ਪੈਂਦਾ ਸੀ। ਅਤੇ ਲਾਲ ਬਹਾਦਰ ਸ਼ਾਸਤਰੀ ਜੀ ਅਮੈਰੀਕਾ ਕੋਲੋਂ ਕਹਿੰਦੇ ਆ, ਮੈਂ ਸੁਣਿਆ ਜੀ, ਪੜ੍ਹਿਆ ਮੈਂ ਵੀ ਨਹੀਂ, ਜੋ ਸੁਣਿਆ, ਕਹਿੰਦੇ ਉਹ ਕਣਕ ਲੈਣ ਗਏ ਅਮੈਰੀਕਾ ਦੇ ਕੋਲੋਂ ਕਿ ਸਾਨੂੰ ਕਣਕ ਚਾਹੀਦੀ ਆ ਸਾਡੇ ਦੇਸ਼ ਦੇ ਲੋਕਾਂ ਵਾਸਤੇ, ਸਾਡਾ ਦੇਸ਼ ਆਜ਼ਾਦ ਹੋ ਗਿਆ, ਸਾਡੇ ਕੋਲ ਇੰਨੀ ਪੈਦਾਵਾਰ ਨਹੀਂ ਹੋਈ ਵੀ ਅਸੀਂ ਲੋਕਾਂ ਢਿੱਡ ਭਰ ਸਕੀਏ। ਤੋ ਜਦੋਂ ਲੈਣ ਗਿਆ ਉਹਨਾਂ ਕਣਕ ਨਹੀਂ ਦਿੱਤੀ ਸਾਨੂੰ, ਕਣਕ ਮਿਲੀ ਨਹੀਂ ਸਾਨੂੰ, ਜੇ ਮਿਲੀ ਤਾਂ ਪਤਾ ਨਹੀਂ ਕਿਹੜੀ ਕੋਈ ਲਾਲ ਮਸੀਕਣ ਸ਼ਾਇਦ ਸੁਣਦੇ, ਬੁੱਢਿਆਂ ਕੋਲ ਸੁਣਦੇ ਨੇ ਕੋਈ ਮਸੀਕਣ ਲਾਲ ਕਣਕ ਆਉਂਦੀ, ਲੋਕ ਪਸੰਦ ਵੀ ਨਹੀਂ ਸੀ ਕਰਦੇ ਉਹਨੂੰ। ਉਹ ਕਣਕ ਆਉਂਦੀ ਅਤੇ ਲੋਕ ਪਸੰਦ ਵੀ ਨਹੀਂ ਸੀ ਕਰਦੇ ਰਹੇ। ਉਸ ਸਮੇਂ ਲਾਲ ਬਹਾਦਰ ਸ਼ਾਸਤਰੀ ਜੀ ਨੇ ਨਾਰਾ ਮਾਰਿਆ ਸੀ, ਜੈ ਜਵਾਨ ਜੈ ਕਿਸਾਨ। ਇਹ ਨਾਰਾ ਮਾਰ ਕੇ ਕਿਹਾ ਸੀ ਵੀ ਇਹ ਦੋਵੇਂ ਲੋਕ ਆ ਜਿਹੜੇ ਦੇਸ਼ ਦੀ ਰੀੜ੍ਹ ਦੀ ਹੱਡੀ ਆ, ਇਹ ਦੇਸ਼ ਨੂੰ ਅੱਗੇ ਲੈ ਕੇ ਜਾਣਗੇ, ਇਹ ਜਿਹੜੇ ਕਿਸਾਨ ਅਤੇ ਜਵਾਨ ਅੱਗੇ ਲੈ ਕੇ ਜਾਣਗੇ। ਅਤੇ ਉਹਨਾਂ ਨੇ ਇਹ ਗੱਲ ਕੀਤੀ ਸੀ ਵੀ ਉਸ ਸਮੇਂ ਫਿਰ ਇਹ ਚੀਜ਼ ਨੂੰ ਲੋਕਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਵੀ ਤੁਹਾਨੂੰ ਸਹੀ ਮੁੱਲ ਮਿਲੂਗਾ, ਤੁਸੀਂ ਖੇਤੀ ਕਰੋ, ਖੇਤੀ ਨੂੰ ਅੱਗੇ ਲੈ ਕੇ ਆਉਣ ਕਰਕੇ ਇੱਕ ਉਸ ਸਮੇਂ ਆਰਡੀਨੈਂਸ ਉਦੋਂ ਲੈ ਕੇ ਆਉਂਦੇ ਸੀ ਜਿਹੜੇ ਬਿਜਲੀ 1967 'ਚ ਲੈ ਕੇ ਆਏ ਮੇਰੇ ਖਿਆਲ ਨਾਲ, ਮੈਨੂੰ ਪੂਰਾ ਯਾਦ ਨਹੀਂ ਹੈ, ਪਰ ਉਦੋਂ ਬਿੱਲ ਲੈਂਦੇ ਸੀ ਤਗੜੇ ਹੋ ਕੇ ਪੈਦਾਵਾਰ ਕਰੋ ਅਤੇ ਉਦੋਂ MSP ਜਿਹੜਾ ਰੇਟ ਲੈ ਕੇ ਆਉਂਦਾ ਵਾ ਇਹ ਉਸ ਸਮੇਂ ਨਿਯਤ ਕੀਤਾ ਗਿਆ ਸੀ। ਉਦੋਂ ਵੀ ਇਹ ਬਹੁਤ ਘੱਟ ਸੀ, ਇਹ ਕਿਸਾਨਾਂ ਦਾ ਘਰ ਨਹੀਂ ਸੀ ਪੂਰਾ ਕਰਦਾ, ਉਦੋਂ ਵੀ ਇਹ ਰੇਟ ਬਹੁਤ ਘੱਟ ਰੇਟ ਦਿੱਤਾ ਗਿਆ ਸੀ। ਪਰ ਇਹਦੇ ਨਾਲ ਹੁੰਦਾ ਕੀ ਸੀ ਵੀ ਪੰਜਾਬ ਅਤੇ ਹਰਿਆਣਾ ਉਸ ਸਮੇਂ ਵਧੀਆ ਜ਼ਮੀਨ ਸੀ, ਇੱਕ ਇੱਥੇ ਚਾਰ ਰੁੱਤਾਂ ਵਾਂ ਹਰ ਫਸਲ ਹੁੰਦੀ ਸੀ ਅਤੇ ਇਹਨਾਂ ਜਗ੍ਹਾ 'ਤੇ ਹੀ ਦੋ ਹਰਿਆਣੇ ਅਤੇ ਪੰਜਾਬ ਅੰਦਰ ਹੀ ਖੇਤੀ ਜ਼ਿਆਦਾ ਹੁੰਦੀ ਸੀ, ਬਾਕੀ ਸਟੇਟਾਂ ਅੰਦਰ UP ਬਿਹਾਰ ਬਹੁਤੀ ਜ਼ਮੀਨ ਬੰਜਰ ਪਈ ਸੀ। ਅੱਜ UP ਹੈ ਨਾ, ਇਹ ਵੀ ਪੰਜਾਬ 'ਚੋਂ ਬਹੁਤੇ ਪੰਜਾਬੀ ਉੱਠ ਕੇ UP ਅੰਦਰ ਗਏ ਨੇ, ਉਹਨਾਂ ਨੇ ਉੱਥੇ ਜ਼ਮੀਨ ਨੂੰ ਉਪਜਾਊ ਬਣਾਇਆ ਵਾ। ਪਹਿਲੋਂ ਜ਼ਮੀਨ ਭਾਰਤ ਦੀ ਉਪਜਾਊ ਨਹੀਂ ਸੀ, ਉਹਨਾਂ ਨੇ ਜ਼ਮੀਨ ਜਾ ਕੇ ਉਪਜਾਊ ਬਣਾਈ ਆ, ਉੱਥੇ ਵੀ ਖੇਤੀ ਕੀਤੀ ਆ, ਪਰ ਇੱਥੇ ਖੇਤੀ ਪਹਿਲੋਂ ਹੁੰਦੀ ਕਰਕੇ ਇੱਥੇ MSP ਜਿਹੜਾ ਸੀ ਨਾ ਇਹ ਲਾਗੂ ਹੋ ਗਿਆ ਸੀ। ਉਸ ਤੋਂ ਬਾਅਦ ਉਸ ਸਟੇਟਾਂ ਨੇ ਜਾਂ ਉਹਨਾਂ ਨੇ ਉਦੋਂ ਵੀ ਨਹੀਂ ਕੀਤਾ, ਸੰਘਰਸ਼ ਹੀ ਨਹੀਂ ਕੀਤਾ ਵੀ ਉੱਥੇ ਵੀ MSP ਲਾਗੂ ਹੋ ਸਕਦੀ। ਉਹਨਾਂ ਦੇਸ਼ਾਂ 'ਚ ਪਹਿਲਾਂ ਵੀ MSP ਨਹੀਂ ਹੈਗੀ ਆ ਪੰਜਾਬ ਅਤੇ ਹਰਿਆਣੇ 'ਚ, ਕਿਉਂਕਿ ਪੰਜਾਬ ਅਤੇ ਹਰਿਆਣਾ ਹੀ ਦੋ ਸੂਬੇ ਆ ਜਿਹੜੇ ਸਟੇਟ ਦੇ ਭਾਰਤ ਦੇ ਖਜ਼ਾਨੇ ਦੇ ਅੰਦਰ 60% ਅਨਾਜ ਪਾਉਂਦੇ ਆ ਸਾਡੇ ਲੋਕਾਂ ਦੇ ਜੀਵਨ ਨੂੰ ਚਲਾਉਣ ਵਾਸਤੇ। ਜੇ ਪੂਰਾ ਭਾਰਤ 100% ਅਨਾਜ ਪੈਦਾ ਕਰਦਾ ਉਹਨਾਂ ਦੇ, ਪੰਜਾਬ ਅਤੇ ਹਰਿਆਣਾ ਦੋ ਸਟੇਟਾਂ 60% ਦੋਵੇਂ ਤਿਆਰ ਕਰ ਦਿੰਦੇ ਆ, ਇਹ ਇੱਥੇ ਬਹੁਤ ਜ਼ਿਆਦਾ ਅਨਾਜ ਪੈਦਾ ਹੁੰਦਾ ਵਾ। ਅਤੇ ਸਰਕਾਰ ਨੇ ਪਹਿਲੋਂ ਧਿਆਨ ਇੱਥੇ ਹੀ ਰੱਖਿਆ ਸੀ ਵੀ ਇੱਥੋਂ ਜ਼ਿਆਦਾ ਅਨਾਜ ਪੈਦਾ ਕੀਤਾ ਜਾਵੇ ਅਤੇ ਦੇਸ਼ ਦੀ ਭੁੱਖਮਰੀ ਕੱਢੀ ਜਾਵੇ। ਅਤੇ ਜਿਹੜਾ ਲਾਲ ਬਹਾਦਰ ਸ਼ਾਸਤਰੀ ਜਿਹੜਾ ਨਾਰਾ ਲਾਇਆ ਸੀ ਨਾ, ਜੈ ਜਵਾਨ ਜੈ ਕਿਸਾਨ ਵਾਲਾ ਨਾਰਾ ਲਾਇਆ ਸੀ, ਉਸ ਨਾਰੇ ਨੂੰ ਪੂਰਾ ਕੀਤਾ ਵਾ ਅਤੇ ਪੰਜਾਬ ਅਤੇ ਹਰਿਆਣੇ ਦੇ ਲੋਕਾਂ ਨੇ ਉਹ ਨਾਰਾ ਪੂਰਾ ਕੀਤਾ ਵੀ ਜੇ ਕਿਸਾਨ ਜੈ ਆ ਨਾ ਤਾਂ ਉਹਨੇ ਲੋਕਾਂ ਦੀ ਵੀ ਜੈ ਕੀਤੀ, ਲੋਕਾਂ ਦਾ ਢਿੱਡ ਭਰਿਆ ਵਾ। ਅਤੇ ਅੱਜ ਜੇ ਇਹ ਧੱਕਾ ਹੋਣ ਲੱਗਾ ਵਾ, ਇਹ ਉਹ ਲੋਕ ਆ ਜਿਨ੍ਹਾਂ ਨੇ ਅਮੈਰੀਕਾ ਵਰਗੇ ਦੇਸ਼ਾਂ ਦੇ ਕੋਲੋਂ ਇਹ ਠੂਠਾ ਲੈ ਕੇ ਜਾਂਦੇ, ਠੂਠਾ ਵੀ ਸਾਡੇ ਠੂਠੇ ਕਣਕ ਪਾ ਦਿਓ, ਅਸੀਂ ਆਪਣੇ ਦੇਸ਼ ਦੇ ਲੋਕਾਂ ਨੂੰ ਖਵਾਉਣੀ ਆ ਕਣਕ, ਪਰ ਉਹ ਠੂਠਾ ਛਡਵਾਇਆ ਵਾ ਪੰਜਾਬ ਅਤੇ ਹਰਿਆਣੇ ਦੇ ਲੋਕਾਂ ਨੇ। ਫਿਰ ਇੰਨਾ ਕੁ ਦਿਨ ਦਾ ਸੰਘਰਸ਼ ਕਰਨਾ ਬਣਦਾ ਨਾ ਵੀ ਸਾਨੂੰ ਬਣਦਾ ਹੱਕ ਦਿਓ, ਅਸੀਂ ਨੇ ਤੁਹਾਡਾ ਠੂਠਾ ਛਡਾ ਤਾ ਤੁਹਾਨੂੰ ਮੰਗਤੇ, ਉਹ ਕਹਿੰਦਾ ਠੂਠਾ ਮਿਲਿਆ ਸੀ ਉਹ ਛਡਵਾ ਦਿੱਤਾ ਤੁਹਾਡਾ। ਜੇ ਤੁਸੀਂ ਵੀ ਹੁਣ ਤੁਸੀਂ ਮੈਨੂੰ ਸਵਾਲ ਕੀਤਾ ਵਾ ਵੀ ਇਹ ਕਿਉਂ ਲੜਦੇ ਆ, ਜੇ ਅਸੀਂ ਉਹਨਾਂ ਦਾ ਮੰਗਤਾ ਆਪਣਾ ਦੂਰ ਕੀਤਾ ਵਾ ਅਤੇ ਅੱਜ ਅਸੀਂ ਕਹਿੰਦੇ ਵੀ ਅਸੀਂ ਨਾ ਮੰਗਤੇ ਬਣ ਜਾਈਏ, ਕੋਈ ਗੁਨਾਹ ਕਰਦਾ ਸੀ?
ਤੁਸੀਂ ਜਵਾਬ ਦਿਓ ਮੈਨੂੰ ਇਹ ਗੱਲ ਦਾ, ਅਸੀਂ ਕੋਈ ਗੁਨਾਹ ਕੀਤਾ ਵਾ ਵੀ ਅਸੀਂ ਹੁਣ ਠੂਕ ਠਾਕ ਚੜਾ ਕੇ ਆਪ ਮੰਗਦੇ ਬਣੇ ਫਿਰਦੇ ਹਾਂ? ਅਸੀਂ ਸੜਕ 'ਤੇ ਲੰਘਣਾ ਹੋਵੇ ਤਾਂ 50-60 ਰੁਪਈਏ ਦੇ ਕੇ ਟੋਲ ਦੇ ਕੇ ਲੰਘਦੇ ਹਾਂ, ਅਸੀਂ ਇੱਥੇ ਦੇ ਕੁੜੇ ਬਾਹਰੋਂ ਆ ਗਏ ਪਾਕਿਸਤਾਨੋਂ ਆ ਗਏ ਉੱਠ ਕੇ, ਅਤੇ ਅਸੀਂ ਇੱਥੇ 30-30, 40-40 ਦੇ ਕੇ ਲੰਘੇ ਟੋਲ ਟੈਕਸ ਦੇ ਗਏ, ਅਸੀਂ ਭਾਰਤ ਦੇ ਵਸਨੀਕ ਆ, ਪੰਜਾਬ ਦੇ ਰਹਿਣ ਵਾਲੇ ਹਾਂ। ਇਹਦਾ ਕਰਕੇ ਪੰਜਾਬ ਅਤੇ ਹਰਿਆਣਾ ਇੱਕ ਇਹੋ ਜਿਹੀ ਸਟੇਟ ਹੈ, ਦੋ ਸਟੇਟਾਂ ਵਾ ਜਿਨ੍ਹਾਂ ਪੂਰੇ ਭਾਰਤ ਨੂੰ 60% ਅਨਾਜ ਸਰਕਾਰੀ ਖਜ਼ਾਨੇ 'ਚ, ਭਾਰਤ ਦੇ ਖਜ਼ਾਨੇ 'ਚ ਪਾਇਆ, ਲੋਕਾਂ ਦੀ ਭੁੱਖਮਰੀ ਕੱਢੀ। ਅੱਜ ਵੀ ਭਾਰਤ ਦੇ ਬਹੁਤੇ ਸੂਬੇ ਆ ਜਿੱਥੇ ਲੋਕ ਅੱਜ ਵੀ ਪੋਸ਼ਕ ਦੇ ਭੁੱਖ ਨਾਲ ਲੋਕ ਮਰਦੇ ਨੇ, ਅਜੇ ਪੂਰਾ ਅਨਾਜ ਨਹੀਂ ਮਿਲਦਾ। ਜੇ ਕਹਿ ਦਈਏ ਵੀ ਇੰਨਾ ਅਨਾਜ ਪੈਦਾ ਕਰਨ ਦੇ ਨਾਲ ਸਾਡੇ ਭਾਰਤ ਦੇ ਲੋਕਾਂ ਨੂੰ ਢਿੱਡ ਭਰਵੀਂ ਰੋਟੀ ਮਿਲਦੀ ਆ, ਇਹਦੇ ਬਹੁਤ ਥੋੜ੍ਹਾ ਅਨਾਜ ਆ, ਅਤੇ ਇਹ ਵੀ ਚਾਹੁੰਦੇ ਆ ਵੀ ਇਹ ਵੀ ਅਨਾਜ ਪੈਦਾ ਨਾ ਹੋਵੇ, ਅਤੇ ਲੋਕ ਮੰਗਤੇ ਦਰ ਦਰ ਮੰਗਤੇ ਬਣ ਕੇ ਤੁਰਨ। ਆੜੇ ਜਿਹੜੇ ਲੋਕ ਬਿੱਲ ਪਾਸ ਕਰਦੇ, ਇਹਨਾਂ ਨੂੰ ਇਹ ਨਹੀਂ ਪਤਾ ਕਣਕ ਸਿੱਟਿਆਂ ਦੇ ਉੱਤੇ ਲੱਗਦੀ ਹੈ ਕਿ ਥੱਲੇ ਜੜ੍ਹਾਂ 'ਚੋਂ ਨਿਕਲਦੀ, ਇਹਨਾਂ ਨੂੰ ਕੱਖ ਨਹੀਂ ਪਤਾ, ਇਹ ਗੱਲਾਂ ਕਰਨੀਆਂ ਜਾਣਦੇ ਆ, ਇਹਨਾਂ ਨੂੰ ਇਹ ਨਹੀਂ ਪਤਾ ਆਲੂ ਦਰਖਤ ਨੂੰ ਲੱਗਦੇ ਕਿ ਥੱਲੇ ਆ। ਸਾਡੇ ਨੀਤੀ ਘਾੜੇ ਲੋਕ ਹੈ ਨਾ, ਇਹਨਾਂ ਨੀਤੀਆਂ ਬਣਾਉਣ ਦਾ ਮਤਲਬ ਆ, ਇਹਨਾਂ ਨੂੰ ਕਿਸੇ ਨਾਲ ਕੋਈ ਗੱਲ ਦਾ ਮਤਲਬ ਨਹੀਂ ਹੈਗਾ। ਇਹਦਾ ਕਰਕੇ ਪ੍ਰਧਾਨ ਸਾਹਿਬ ਹੋਰ ਗੱਲ ਦੱਸਿਓ, ਕਈ ਲੋਕਾਂ ਦਾ ਸਵਾਲ ਹੈ ਕਿ ਮੰਨਿਆ ਪੰਜਾਬ ਹਰਿਆਣਾ ਜਿਹੜਾ ਵਿਰੋਧ ਕਰ ਰਿਹਾ ਅਤੇ ਇੱਥੇ ਨੁਕਸਾਨ ਹੋਏਗਾ, ਉਹ ਕਹਿੰਦੇ ਜਦੋਂ ਬਾਹਰ ਨਹੀਂ MSP ਲੱਗੀ ਤਾਂ ਬਾਹਰ ਦੇ ਕਿਸਾਨ ਵੀ ਤਾਂ ਖੁਸ਼ਹਾਲ ਨੇ, ਬਾਹਰ ਦੀਆਂ ਸਟੇਟ ਕਿਹੜਾ ਖੁਸ਼ਹਾਲ ਆ, ਸਾਡੇ ਦੇ ਭਈਏ ਦੂਜਾ ਮੇਰਾ ਵਿਚਾਰੇ ਮੇਰੇ ਸਾਡੇ ਘਰ 20-30 ਭਈਏ ਆਉਂਦੇ ਆ। ਗੱਲ ਸੁਣ ਲਓ ਮੇਰੀ, ਹੁਣ ਠੀਕ ਹੈ, ਮੇਰੀ ਗੱਲ ਸੁਣ ਲਓ, ਮੇਰੇ ਘਰ ਭਈਏ ਆ ਝੋਨਾ ਲਵਾਈ ਵੀ ਆਉਂਦੇ ਆ ਅਤੇ ਕਣਕ ਕੱਟਣ ਵੀ ਆਉਂਦੇ ਆ, ਤੋ ਭਈਆਂ ਦੇ ਕੋਲ 10-10 ਕਿੱਲੇ 12-12 ਕਿੱਲੇ ਜ਼ਮੀਨ ਆ, 12-12 ਕਿੱਲੇ ਜ਼ਮੀਨ ਹੈ, ਤਾਂ ਉਹਨਾਂ ਨੂੰ ਪੁੱਛੀਦਾ ਕਹਿੰਦੇ ਸਾਡੇ ਸਰਦਾਰ ਜੀ ਸਾਡੇ ਕੋਲ ਜ਼ਮੀਨ ਹੈਗੀ ਆ, ਪਰ ਸਾਡੇ ਉੱਥੇ ਨਾ ਕੋਈ ਮੰਡੀਕਰਨ, ਨਾ ਕੋਈ ਪਾਣੀ ਦਾ ਪ੍ਰਬੰਧ, ਨਾ ਕੋਈ ਬੱਤੀ ਦਾ ਪ੍ਰਬੰਧ, ਜ਼ਮੀਨਾਂ ਵਿਹਲੀਆਂ ਪਈਆਂ ਵਾ। ਇਹ ਸਿਰਫ ਪੰਜਾਬ ਦਾ ਕਿਸਾਨ ਹੀ ਆਪਣੀ 2-4 ਕਿੱਲੇ ਖੇਤੀ 'ਚੋਂ ਅਨਾਜ ਪੈਦਾ ਕਰਕੇ ਆਪਣਾ ਢਿੱਡ ਵੀ ਭਰਦਾ ਵਾ, ਸਮਾਜ ਦਾ ਵੀ ਭਰਦਾ ਵਾ, ਉੱਥੋਂ ਦੇ ਲੋਕ ਜਾਗਰੂਕ ਨਹੀਂ ਆ, ਪੰਜਾਬ ਦਾ ਕਿਸਾਨ ਜਾਗਰੂਕ ਆ, ਤਾਂ ਹੀ ਪੰਜਾਬ ਅਤੇ ਹਰਿਆਣੇ ਦੇ ਲੋਕ ਅੰਦਰ ਜ਼ਿਆਦਾ ਸੰਘਰਸ਼ ਹੋ ਰਿਹਾ ਵਾ। ਇਹਦਾ ਕਰਕੇ ਉਹ ਜ਼ਮੀਨ ਹੁੰਦਿਆਂ ਹੋਏ ਵੀ ਮੰਗਤੇ ਆ, ਅਸੀਂ ਜ਼ਮੀਨ ਦੇ ਨਾਲ 2 ਕਿੱਲੇ ਸਾਡੇ ਇੱਥੇ ਅੰਨਦਾਤਾ ਕਮਾਉਂਦਾ ਵਾ, ਉਹਨਾਂ ਦੇ ਲੋਕ ਸਾਡੇ ਕੋਲ ਨੇਪਾਲ ਤੋਂ ਵੀ ਲੋਕ ਭਈਏ ਮੇਰੇ ਕੰਮ ਕਰਨ ਆਉਂਦੇ ਵਿਚਾਰੇ, ਉਹਨਾਂ ਦੀ ਜ਼ਮੀਨ ਹੈਗੀ ਆ। ਮੇਰੇ ਪਿੰਡ ਹੀ ਮੁੰਡਾ ਸੰਦੀਪ ਆ, ਉਹਦੇ ਕੋਲੋਂ ਸੰਤੋਸ਼ ਨਾਂ ਦਾ ਭਈਆ ਕੰਮ ਕਰਦਾ ਵਾ, ਉਹਦੇ ਕੋਲ ਟਰੈਕਟਰ ਵੀ ਹੈਗਾ, ਹੱਲਾਂ ਵੀ ਹੈਗੀਆਂ ਵਿਚਾਰੇ ਕੋਲ, ਜ਼ਮੀਨ 3 ਕਿੱਲੇ ਆਉਂਦੀ ਆ, ਪਰ ਇੱਥੇ ਕਿਸੇ ਨਾਲ 6,000-8,000 ਰੁਪਈਏ 'ਚੋਂ ਕੰਮ ਕਰਨ ਡਿਆ ਵਾ, ਕਿਉਂਕਿ ਉੱਥੇ MSP ਨਹੀਂ ਹੈਗੀ, ਸਹੀ ਰੇਟ ਨਹੀਂ ਮਿਲਦਾ, ਉਹ ਖੇਤੀ ਛੱਡ ਕੇ ਵਿਚਾਰੇ ਬਾਹਰ ਤੁਰੇ ਫਿਰਦੇ ਵਿਚਾਰੇ। ਇਹ ਸਨ ਸਾਡੇ ਨਾਲ ਪ੍ਰਧਾਨ ਸਾਹਿਬ, ਆਪਣਾ ਨਾਂ ਦੱਸ ਦਿਓ ਇੱਕ ਵਾਰ। ਮੇਰਾ ਨਾਂ ਪਰਮਜੀਤ ਸਿੰਘ ਚਾਟੀ ਵੰਡਿਆ ਜੀ, ਪ੍ਰਧਾਨ ਨਹੀਂ ਆ ਜੀ, ਮੇਰੇ ਪਿੰਡ ਦਾ ਆਮ ਬੰਦਾ ਹੀ ਹਾਂ, ਪ੍ਰਧਾਨ ਸਾਡੇ ਸਰਦਾਰ ਜਵਿੰਦਰ ਸਿੰਘ ਚਾਟੀ ਵੰਡਿਆ ਜੀ। ਠੀਕ ਹੈ ਜੀ, ਸੋ ਇਹਨਾਂ ਨੇ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਸਮਝਾਈਆਂ ਜਿਹੜੇ ਬਹੁਤ ਸਾਰੇ ਲੋਕਾਂ ਦੇ ਸਵਾਲ ਸੀ ਕਿ ਇੱਥੇ ਧਰਨਿਆਂ 'ਤੇ ਕਿਉਂ ਬੈਠੇ ਨੇ ਕਿਸਾਨ, ਇੱਥੇ ਕੀ ਫਾਇਦਾ ਬਹਿਣ ਦਾ, ਦਿੱਲੀ ਕਿਉਂ ਨਹੀਂ ਜਾਂਦੇ ਜਾਂ ਬਾਕੀ ਸੂਬਿਆਂ ਦੇ ਕਿਉਂ ਨਹੀਂ ਬਗਾਵਤ ਕਰਦੇ, ਇੱਥੇ ਕਿਉਂ ਜ਼ਿਆਦਾ ਇੱਦਾਂ ਹੋਇਆ। ਸੋ ਮੇਰਾ ਖਿਆਲ ਆ ਕਿ ਸਾਰਿਆਂ ਜਿਹੜੇ ਸਵਾਲਾਂ ਦੇ ਜਿਹੜੇ ਜਵਾਬ ਨੇ ਉਹ ਇਹਨਾਂ ਨੇ ਬੜੀ ਹੀ ਬਾਖੂਬੀ ਜਿਹੜੇ ਪਰਮਜੀਤ ਸਿੰਘ ਚਾਟੀਵਿੰਡ ਜਿਹੜੇ ਉਹਨਾਂ ਨੇ ਦਿੱਤੇ ਨੇ, ਅਤੇ ਇੱਕ ਵਾਰ ਆਖਰੀ ਵਾਰ ਤੁਹਾਨੂੰ ਆਪਾਂ ਦਿਖਾ ਦਿੰਦੇ, ਫਿਰ ਇਸ ਤੋਂ ਬਾਅਦ ਆਪਾਂ ਅਗਲੀ ਲਾਈਵ ਲਈ ਸਾਡੇ ਨਾਲ ਜੁੜਿਓ, ਜਿਹੜੀ ਰਿਲਾਇੰਸ ਪੰਪ ਤੋਂ ਹੋਏਗੀ, ਜਿੱਥੇ ਰਿਲਾਇੰਸ ਪੰਪ 'ਤੇ ਜਿੱਥੇ ਧਰਨਾ ਲਾਇਆ, ਇੱਦਾਂ ਹੀ ਇਹਦੇ ਕਿਸਾਨ ਜਥੇਬੰਦੀਆਂ ਨੇ ਅੰਮ੍ਰਿਤਸਰ ਦੇ ਵਿੱਚ ਰਿਲਾਇੰਸ ਪੰਪ ਆ ਜੀ, ਉੱਥੇ ਜਾਵਾਂਗੇ। ਉਹ ਤੁਹਾਨੂੰ ਇੱਕ ਵਾਰੀ ਲਾਈਨ ਦਿਖਾ ਦਈਏ, ਪਿੱਛੇ ਤੱਕ ਜਿਹੜੀ ਲਾਈਨ ਹੈ ਉਹ ਤੁਹਾਨੂੰ ਦਿਖਾ ਦਿੰਦੇ ਹਾਂ, ਇਹ ਆ ਤੁਸੀਂ ਦੇਖ ਸਕਦੇ ਹੋ, ਉਹ ਪਿੱਛੇ ਤੱਕ ਲਾਈਨਾਂ ਜਿਹੜੀਆਂ ਗੱਡੀਆਂ ਦੀਆਂ ਲੰਘੀਆਂ ਔਰ ਤੜਾ ਤੜ ਗੱਡੀਆਂ ਲੰਘ ਰਹੀਆਂ, ਦੇਖ ਲਓ ਤੁਸੀਂ। ਇਹ ਜਲੰਧਰ ਨੂੰ ਜਾਣ ਵਾਲੀ ਰੋਡ ਹੈ, ਇਹ ਗੱਡੀਆਂ ਸਾਰੀਆਂ ਜਲੰਧਰ ਨੂੰ ਜਾ ਰਹੀਆਂ ਇੱਥੋਂ ਬਿਨਾਂ ਟੋਲ ਟੈਕਸ ਕਟਾਏ।
ਤੇ ਇਹ ਅੰਮ੍ਰਿਤਸਰ ਜਲੰਧਰ ਦਾ ਜਿਹੜਾ ਟੋਲ ਟੈਕਸ ਹੈ ਜਿਹੜੀਆਂ ਅੰਮ੍ਰਿਤਸਰ ਨੂੰ ਆ ਵੀ ਰਹੀਆਂ ਉਹ ਵੀ ਬੰਦ ਹੈ ਟੋਲ ਉਹਦਾ, ਔਰ ਨਾਲ ਦੇ ਨਾਲ ਹੀ ਜੇ ਤੁਹਾਨੂੰ ਦਿਖਾ ਦਈਏ ਕਿ ਫਾਸਟੈਗ ਵਾਲੀ ਜਿਹੜੀ ਇਹ ਲਾਈਨ ਹੈ ਇਹ ਵੀ ਬੰਦ ਕੀਤੀ ਹੋਈ ਹੈ। ਸ਼ਾਇਦ ਤੁਹਾਡਾ ਕਿਸੇ ਦਾ ਭੁਲੇਖਾ ਨਾ ਰਹਿ ਜਾ, ਦੇਖੋ ਤੁਸੀਂ ਸਾਹਮਣੇ ਫਾਸਟੈਗ ਵਾਲੀ ਜਿਹੜੀ ਲਾਈਨ ਹੈ ਇਹ ਵੀ ਬੰਦ ਹੈ। ਸੋ ਈਵਨ ਕਿ ਜਿੱਦਾਂ ਦੇ ਫਾਸਟੈਗ ਲੱਗੇ ਨੇ ਉਹ ਵੀ ਨਹੀਂ ਕੱਟੇ ਜਾ ਸਕਦੇ ਬਿਲਕੁਲ, ਬਾਕੀ ਦੋ ਲਾਈਨਾਂ ਜਿਹੜੀਆਂ ਚੱਲ ਰਹੀਆਂ ਜਿੱਥੋਂ ਫਾਸਟੈਗ ਤੋਂ ਬਿਨਾਂ ਜਿਹੜੀਆਂ ਗੱਡੀਆਂ ਨਿਕਲਦੀਆਂ। ਸੋ ਇਹ ਤਾਂ ਨਜ਼ਾਰਾ ਅੰਮ੍ਰਿਤਸਰ ਦਾ, ਤੁਸੀਂ ਇਹੋ ਜਿਹਾ ਕਦੀ ਨਹੀਂ ਦੇਖਿਆ ਹੋਏਗਾ, ਜੰਡਿਆਲੇ ਟੋਲ ਪਲਾਜ਼ੇ ਤੋਂ ਬਹੁਤ ਵਾਰੀ ਲੰਘੇ ਹੋਵੋਗੇ ਪਰ ਇਹੋ ਜਿਹਾ ਨਜ਼ਾਰਾ ਨਹੀਂ ਕਦੇ ਤੁਸੀਂ ਦੇਖਿਆ ਹੋਏਗਾ। ਇਹ ਖਿੜਕੀਆਂ ਨੇ ਔਰ ਬਿਨਾਂ ਤੁਸੀਂ ਇੱਥੋਂ ਕੋਈ ਟੋਲ ਕਟਾਇਓ ਬਗੈਰ ਲੰਘ ਨਹੀਂ ਸਕਦਾ। ਇਹ ਗੱਲ ਪੈਂਦੇ ਸੀ, ਬਦਮਾਸ਼ੀ ਕਰਦੇ ਸੀ, ਗੁੰਡਾਗਰਦੀ ਕਰਦੇ ਸੀ, ਪਰ ਕਦੀ ਟੋਲ ਪਲਾਜ਼ਾ ਕਟਾਇਓ ਬਿਨਾਂ ਕਦੀ ਕੋਈ ਲੰਘ ਨਹੀਂ ਸਕਦਾ, ਪਰ ਅੱਜ ਦੇਖੋ ਕਿੱਦਾਂ ਤੜਾ ਤੜ ਗੱਡੀਆਂ ਲੰਘ ਰਹੀਆਂ ਨੇ ਇੱਥੋਂ, ਕੋਈ ਰੋਕਣ ਵਾਲਾ ਨਹੀਂ। ਜਿਹੜੇ ਮੁਲਾਜ਼ਮ ਨੇ ਟੋਲ ਪਲਾਜ਼ਾ ਦੇ ਇੱਕ ਪਾਸੇ ਹੋ ਕੇ ਬਹਿ ਗਏ ਨੇ, ਅਤੇ ਪਰ ਆਮ ਬੰਦਾ ਇੱਥੇ ਇਹਨਾਂ ਨਾਲ ਕਦੀ ਕੋਈ ਗੱਲ ਨਹੀਂ ਕਰ ਸਕਦਾ ਸੀ। ਆ ਟੋਲ ਪਲਾਜ਼ੇ ਦੇ ਮੁਲਾਜ਼ਮ ਨੇ ਸਭ ਇੱਕ ਪਾਸੇ ਹੋ ਕੇ ਬੈਠੇ ਨੇ, ਕੋਈ ਕਿਸੇ ਤਰ੍ਹਾਂ ਦੀ ਇੱਥੇ ਹੋ ਹੱਲਾ ਨਹੀਂ ਹੋਇਆ ਅਤੇ ਚੱਲ ਰਿਹਾ। ਅਤੇ ਗੱਡੀਆਂ ਸਾਰੀਆਂ ਜਿਹੜੀਆਂ ਲੰਘ ਰਹੀਆਂ, ਕਿਸਾਨ ਜਥੇਬੰਦੀ ਦੀਆਂ ਆਪਣੀਆਂ ਗੱਡੀਆਂ ਵੀ ਲੰਘ ਰਹੀਆਂ ਔਰ ਲੋਕਾਂ ਦੀਆਂ ਗੱਡੀਆਂ ਲੰਘ ਰਹੀਆਂ। ਕਿਸਾਨਾਂ ਵੱਲੋਂ ਇੱਕ ਹੀ ਅਪੀਲ ਹੈ ਕਿ ਜਿਹੜਾ ਸਾਡਾ ਸਾਥ ਦਿੱਤਾ ਜਾਵੇ, ਉਹਨਾਂ ਦਾ ਸਾਥ ਦਿੱਤਾ ਜਾਵੇ, ਅਤੇ ਕਿਸਾਨਾਂ ਦਾ ਆ ਕੇ ਲੋਕਾਂ ਨੂੰ ਜੇ ਫਾਇਦਾ ਹੋ ਰਿਹਾ ਬਿਨਾਂ ਟੋਲ ਕਟਾਏ ਉਹ ਲੰਘ ਰਹੇ ਨੇ ਅਤੇ ਉਹਨਾਂ ਦਾ ਕੁਝ ਸਾਥ ਵੀ ਦਿੱਤਾ ਜਾਏ। ਸੋ ਅਗਲੀ ਲਾਈਵ ਅਸੀਂ ਤੁਹਾਡੇ ਨਾਲ ਕਰਾਂਗੇ ਰਿਲਾਇੰਸ ਦੇ ਪੈਟਰੋਲ ਪੰਪ ਤੋਂ ਜਿੱਥੇ ਧਰਨਾ ਲੱਗਾ ਔਰ ਪੰਪ ਜਿਹੜਾ ਬੰਦ ਕਰ ਦਿੱਤਾ। ਸ਼ੇਅਰ ਜ਼ਰੂਰ ਕਰਿਓ ਜੇ ਤੁਸੀਂ ਚੰਗੀ ਲੱਗੇ ਵੀਡੀਓ, ਕਿਸਾਨਾਂ ਦੇ ਵਿਚਾਰ ਚੰਗੇ ਲੱਗਣ, ਅਤੇ ਜਾਂ ਤੁਸੀਂ ਆਪਣੇ ਵਿਚਾਰ ਕੋਈ ਦੇਣੇ ਹੋਣ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਦੇ ਸਕਦੇ ਹੋ, ਅਤੇ ਸ਼ੇਅਰ ਨਾਲ ਜ਼ਰੂਰ ਕਰਿਓ ਵੀਡੀਓ। ਧੰਨਵਾਦ ਸਾਰਿਆਂ ਦਾ।